ਜਦੋਂ ਡਾਲਰ ਥੱਲੇ ਹੁੰਦਾ ਉਸੇ ਰਾ ਮਟੀਰੀਅਲ ਦਾ ਰੇਟ ਵੀ ਤਾਂ ਘਟਦਾ ਹੈ ਸਰ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੋ ਸਕਦਾ ਕਿ ਸਾਨੂੰ ਇਸ ਟਾਈਮ ਪ੍ਰੈਸ਼ਰ ਹੋਵੇ ਕਿ ਕੀਮਤ ਵਧਾਓ ਪਹਿਲੀ ਦਫਾ ਆਏ ਆ ਤੇ ਗਿਲੇ ਸ਼ਿਕਵੇ ਬਹੁਤ ਨੇ ਗੱਲਾਂ ਬਹੁਤ ਨੇ ਕਰਨ ਵਾਲੀ ਆ ਇਨਸ਼ਾਅੱਲਾ ਨੈਕਸਟ ਵੀ ਚੱਕਰ ਲਾਵਾਂਗੇ ਸਾਡੇ ਕੋਲ ਵੀ ਇਨਸ਼ਾਅੱਲਾ ਬੜਾ ਮਵਾਦ ਹੈਗਾ ਜੀ ਜੀ ਹਾਂਜੀ ਤੁਸੀਂ ਦੋ ਦਿਨ ਵੀ ਕਹੋਗੇ ਤੇ ਬੋਲਦੇ ਰਵਾਂਗੇ ਅਸਲਾਮ ਅਲੈਕਮ ਦੋਸਤੋ ਵੀਰੋ ਸਜਣੋ ਭਰਾਓ ਕੀ ਹਾਲ ਤੁਹਾਡਾ ਭਰਾ ਇਜਾਜ਼ ਤਾਰੜ ਤੁਸੀਂ ਵੇਖ ਰਹੇ ਜੇ ਤਾਰੜ ਐਗਰੀ ਚੈਨਲ ਅੱਜ ਨਾ ਪੰਜਾਬ ਟਰੈਕਟਰ ਦੇ ਗਰੁੱਪ ਦੇ ਤਮਾਮ ਯੂਟਿਊਬਰ ਮਿਲਰ ਟਰੈਕਟਰ ਦੇ ਵਿੱਚ ਪਹੁੰਚ ਚੁੱਕੇ ਨੇ ਇਹ ਖੁਸ਼ ਨਸੀਬੀ ਹੈ ਜਨਾਬ ਪੰਜਾਬ ਟਰੈਕਟਰ ਗਰੁੱਪ ਦੇ ਭਾਈ ਬਾਹਰ ਸਾਹਿਬ ਸਾਡੇ ਨਾਲ ਨੇ ਇਹਨਾਂ ਦੀ ਕਾਵਸ਼ ਨਾਲ ਤੇ ਮਿਲਤਾਂ ਦੀ ਕਾਵਸ਼ ਨਾਲ ਜਨਾਬ ਅਸੀਂ ਅੱਜ ਪੂਰੀ ਮਿਲਤ ਵਿਜ਼ਿਟ ਕਰਾਂਗੇ ਇਨਸ਼ਾਅੱਲਾ ਹੱਕ ਸੱਚ ਦੀ ਆਵਾਜ਼ ਅੱਗੇ ਵੀ ਕਰਨੇ ਆ ਤੇ ਹੁਣ ਵੀ ਕਰਾਂਗੇ ਜੋ ਸਾਨੂੰ ਚੰਗਾ ਲੱਗਾ ਦੱਸਾਂਗੇ ਜੋ ਸਾਨੂੰ ਗਲਤ ਲੱਗਾ ਉਹ ਵੀ ਦੱਸਾਂਗੇ ਕਿ ਇਹ ਸਾਡੀ ਰਿਕੁਆਇਰਮੈਂਟ ਹੈ ਇਹ ਜ਼ਿਮੀਦਾਰਾਂ ਦੀ ਰਿਕੁਆਇਰਮੈਂਟ ਹੈ ਇੱਥੇ ਆਉਣ ਦਾ ਮਕਸਦ ਕਿ ਮਿਲਤ ਦੀ ਕੋਈ ਮਸਲਾ ਮਸਾਇਲ ਸਾਨੂੰ ਸਮਝ ਆਵੇ ਤੇ ਅਸੀਂ ਉਹਨਾਂ ਨੂੰ ਦੱਸੀਏ ਜ਼ਿਮੀਦਾਰਾਂ ਦੀ ਆਵਾਜ਼ ਇਹਨਾਂ ਤੱਕ ਪਹੁੰਚਾਈਏ ਇਹਨਾਂ ਦੀ ਗੱਲਬਾਤ ਤੁਹਾਡੇ ਤੱਕ ਮੀਡੀਆ ਤੱਕ ਪਹੁੰਚਾਈਏ ਅੱਜ ਇਨਸ਼ਾਅੱਲਾ ਪੰਜਾਬ ਟਰੈਕਟਰ ਗਰੁੱਪ ਦੇ ਜਿੰਨੇ ਯੂਟਿਊਬਰ ਨੇ ਇਹਨਾਂ ਦੇ ਵੀਡੀਓ ਚੱਲਣ ਦੀਆਂ ਤੇ ਮੁਕੰਮਲ ਵਿਜ਼ਿਟ ਪਹਿਲੀ ਦਫਾ ਮਿਲਤ ਦਾ ਵਿਜ਼ਿਟ ਇਹ ਜਨਾਬ ਅਲੀ ਮੁਕੰਮਲ ਭਰਾਵਾਂ ਅਗੇ ਜ਼ਿਮੀਦਾਰਾਂ ਦੇ ਸਾਰਿਆਂ ਕੋਲ ਜਾਇਦਾ ਜਨਾਬ ਮਿਹਰਬਾਨੀ ਸ਼ੁਕਰੀਆ ਜਨਾਬ ਸਾਰੇ ਭਰਾਵਾਂ ਦਾ ਖਾਸ ਤੌਰ ਮਿਲਤ ਟਰੈਕਟਰ ਵਾਲਿਆਂ ਦਾ ਮਿਹਰਬਾਨੀ ਜੀ ਅਸਲਾਮ ਅਲੈਕਮ ਪਹਿਲੇ ਤਾਂ ਸਭ ਭਾਈਆਂ ਨੂੰ ਖੁਸ਼ ਆਮਦੀਦ ਔਰ ਇਸ ਗਰੁੱਪ ਦੇ ਉਹਨਾਂ ਨੂੰ ਮੋਸਟ ਵੈਲਕਮ ਅਸੀਂ ਮਿਲਤ ਟਰੈਕਟਰ 'ਚ ਖੁਸ਼ ਆਮਦੀਦ ਕਹਿੰਦੇ ਹਾਂ ਤਰੀਕਾਕਾਰ ਇਹ ਹੁੰਦਾ ਕਿ ਪ੍ਰੋਟੋਕੋਲ ਹੁੰਦਾ ਹਰ ਚੀਜ਼ ਦਾ ਅਗਰ ਸਾਨੂੰ ਕੋਈ ਅਪਰੋਚ ਕਰੇਗਾ ਕਿਸ ਤਰ੍ਹਾਂ ਹੋ ਸਕਦਾ ਕਿ ਅਸੀਂ ਉਹਨੂੰ ਅੰਦਰ ਨਾ ਵੜਨ ਦੇਈਏ ਲੇਕਿਨ ਅਗਰ ਇੱਕ ਬੰਦਾ ਵੈਸੇ ਗੁਜ਼ਰਦਾ ਪਿਆ ਕਹਿੰਦਾ ਯਾਰ ਚਲੋ ਮੈਂ ਮਿਲਤ ਨਾ ਹੋ ਲਵਾਂ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਡੇ ਇੱਥੇ ਆਉਣ ਤੋਂ ਪਹਿਲੇ ਬਹੁਤ ਸਾਰੇ ਇੰਤਜ਼ਾਮਾਤ ਕੀਤੇ ਗਏ ਨੇ ਹਰ ਡਿਪਾਰਟਮੈਂਟ ਨੂੰ ਦੱਸਿਆ ਗਿਆ ਕਿ ਲੋਕ ਆ ਰਹੇ ਨੇ ਤੁਸੀਂ ਉਹਨਾਂ ਨੂੰ ਰਿਸੀਵ ਕਰਨਾ ਹੈ ਤੁਸੀਂ ਉਹਨਾਂ ਨੂੰ ਇਨਫੋਰਮ ਕਰਨਾ ਠੀਕ ਹੈ ਜੀ ਅਤੇ ਮੇਰਾ ਨਾਮ ਸਜਾਦ ਹੈਗਾ ਮੈਂ ਸੀਨੀਅਰ ਮੈਨੇਜਰ ਮਾਰਕੀਟਿੰਗ 'ਚ ਜੋਬ ਕਰ ਰਿਹਾ ਸ਼ਮਾਇਲ ਸਾਹਿਬ ਨੇ ਸਾਡੇ ਮੈਨੇਜਰ ਸੇਲ ਸਪੋਰਟਸ ਨੇ ਜਿੰਨਾ ਵੀ ਟਰੈਕਟਰ ਦੀ ਬਾਰੇ 'ਚ ਜਾਂ ਕੰਪਨੀ ਦੇ ਬਾਰੇ 'ਚ ਤਸ਼ਹੀਰੀ ਅਮੂਰ ਨੇ ਉਹਨਾਂ ਨੂੰ ਇੰਜਾਮ ਦਿੰਦੇ ਨੇ ਨਾਲ ਸਾਡੇ ਐਸ ਐਨ ਸਾਹਿਬ ਨੇ ਸਪੇਅਰ ਪਾਰਟ ਸੈਕਸ਼ਨ 'ਚ ਹੁੰਦੇ ਨੇ ਇਹ ਵੀ ਯੂਟਿਊਬ ਦੇ ਨਾਲ ਔਰ ਸਾਡੇ ਮੀਡੀਆ ਸੈੱਲ ਦੇ ਨਾਲ ਵਾਬਸਤਾ ਨੇ ਖੁਰਸ਼ੀਦ ਸਾਹਿਬ ਸਾਡੇ ਸ਼ਮਾਇਲ ਸਾਹਿਬ ਨੂੰ ਅਸਿਸਟ ਕਰਦੇ ਨੇ ਅਤੇ ਅਸੀਂ ਇਹ ਛੋਟੀ ਜਿਹੀ ਟੀਮ ਹੈਗੀ ਤੁਹਾਨੂੰ ਵੈਲਕਮ ਕਰਨ ਆਏ ਹੋਏ ਹਾਂ ਅਤੇ ਗੱਲ ਹੈਗੀ ਹੈ ਕਿ ਮੀਡੀਆ ਦਾ ਦੌਰ ਹੈਗਾ ਜਦੋਂ ਤੱਕ ਅਸੀਂ ਆਪਣੀ ਸਹੀ ਗੱਲ ਵੀ ਨਹੀਂ ਦੱਸਾਂਗੇ ਤਾਂ ਕੋਈ ਅਗਰ ਕਿਸੇ ਦੀ ਪਹੁੰਚ ਦੇ ਵਿੱਚ ਇਹ ਮੀਡੀਆ ਮੌਜੂਦ ਹੈ ਤਾਂ ਸਾਡੀਆਂ ਜਿਹੜੀਆਂ ਗੱਲਾਂ ਗਲਤ ਨਹੀਂ ਵੀ ਹੈਗੀਆਂ ਤਾਂ ਉਹ ਤਸ਼ਹੀਰ ਕਰੀ ਜਾਏਗਾ ਠੀਕ ਹੈ ਲਿਹਾਜ਼ਾ ਹਰ ਚੀਜ਼ ਦਾ ਇੱਕ ਮਤਲਬ ਕਿ ਇੱਕ ਹੁੰਦਾ ਕਿ ਅਸੀਂ ਇਸ ਲਈ ਸਮਝਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਓਪਨ ਹੋਣਾ ਚਾਹੀਦਾ ਸਾਰੀ ਕੰਪਨੀਆਂ ਨੂੰ ਓਪਨ ਹੋਣਾ ਚਾਹੀਦਾ ਕਿਉਂਕਿ ਮੀਡੀਆ ਦਾ ਦੌਰ ਹੈਗਾ ਸਭ ਨੂੰ ਆਪਣਾ ਜਿਹੜਾ ਨਾ ਜੀ ਉਹ ਆਪਣਾ ਗੱਲ ਦੱਸਣ ਦਾ ਹੱਕ ਹੈਗਾ ਸਜਾਦ ਸਾਹਿਬ ਮੈਂ ਦੋ ਤਿੰਨ ਦਫਾ ਖੁਦ ਟਰਾਈ ਕਰ ਚੁੱਕਿਆ ਸਟਾਰਟਿੰਗ ਦੇ ਵਿੱਚ ਕਿਉਂਕਿ ਕੋਈ ਮਸਲੇ ਮਸਾਇਲ ਹੈ ਸੀ ਜ਼ਿਮੀਦਾਰ ਦੇ ਮੈਂ ਸੋਚਿਆ ਕਿ ਚਲੋ ਕੰਪਨੀ ਤੱਕ ਪਹੁੰਚਾਵਾਂ ਲੇਕਿਨ ਨਾਕਾਮ ਹੋਇਆ ਤੇ ਉਹ ਜੀ ਇੱਕ ਲੰਬਾ ਪ੍ਰੋਸੈਸ ਹੈ ਉਹਦੇ ਵਾਸਤੇ ਫਿਰ ਪ੍ਰੋਟੋਕੋਲ ਚਾਹੀਦਾ ਪ੍ਰੋਟੋਕੋਲ ਨਹੀਂ ਸੀ ਹੈਗਾ ਇਸ ਕਰਕੇ ਉਹ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਕਿ ਇਸ ਤੋਂ ਪਹਿਲੇ ਪਹੁੰਚ ਨਹੀਂ ਸੀ ਹੈਗੀ ਚਲੋ ਜੀ ਸਾਡੀ ਸਾਡੀ ਖੁਸ਼ ਨਸੀਬੀ ਅੱਜ ਤੁਸੀਂ ਸਾਡੇ ਨਾਲ ਹੋ ਹਾਂਜੀ ਉਹ ਮੈਂ ਕਰ ਚੁੱਕਿਆ ਉਸ ਤੋਂ ਬਾਅਦ ਜੀ ਜਿਹੜੇ ਗਲਤ ਫਹਿਮੀਆਂ ਬਣਦੀਆਂ ਨੇ ਕਿਉਂਕਿ ਤੁਹਾਡੇ ਜਿਹੜੇ ਡੀਲਰ ਹੈ ਜੀ ਕਈ ਜ਼ਿਮੀਦਾਰ ਉਹਨਾਂ ਤੋਂ ਪਰੇਸ਼ਾਨ ਨੇ ਫਿਰ ਉਹਨਾਂ ਨੂੰ ਇੰਨੀ ਸੈਂਸ ਨਹੀਂ ਹੈ ਜਿਸ ਤਰ੍ਹਾਂ ਨਵਾਂ ਮਾਡਲ ਆਇਆ ਸੀ 35 ਕਿਸੇ ਡੀਲਰ ਨੂੰ ਇਹ ਨਹੀਂ ਪਤਾ ਕਿ ਇਹਦੇ 'ਚ ਕੀ ਕੰਪਨੀ ਨੇ ਪਾਇਆ ਤੇ ਉਹ ਜੀ ਤੁਸੀਂ ਕੋਈ ਟੈਕਨੀਕਲ ਬੰਦਾ ਅਗਰ ਉਹਦਾ ਦੱਸ ਸਕਦਾ ਤੇ ਉਹ ਤੁਸੀਂ ਦੱਸ ਸਕਦੇ ਹੋ ਤੁਸੀਂ ਟਰੈਕਟਰ ਬਣਾਇਆ ਸੀਗਾ ਜੀ ਜੀ ਬਿਲਕੁਲ ਨਾ ਸਾਨੂੰ ਪਤਾ ਨਾ ਡੀਲਰ ਨੂੰ ਪਤਾ ਅਸੀਂ ਚਾਹੁੰਦੇ ਹਾਂ ਕਿ ਜੀ ਡਾਇਰੈਕਟ ਕੰਪਨੀ ਤੱਕ ਪਹੁੰਚੀ ਹੈ ਜਿਹੜੀ ਕੰਪਨੀ ਨੇ ਚੀਜ਼ ਲਾਂਚ ਕੀਤੀ ਹੈ ਅਸੀਂ ਉਹਨਾਂ ਨੂੰ ਪੁੱਛੀਏ ਤੁਸੀਂ ਇਹ ਕਿਸ ਮਕਸਦ ਲਈ ਬਣਾਇਆ ਔਰ ਜ਼ਿਮੀਦਾਰ ਨੂੰ ਇਹਦਾ ਕੀ ਫਾਇਦਾ ਹੈ ਤੇ ਬਾਕੀ ਜੀ ਹੁਣ ਜੀ ਅਗਰ ਤੁਸੀਂ ਇਹ ਰਸਤਾ ਖੋਲਿਆ ਤੇ ਇਨਸ਼ਾਅੱਲਾ ਜੀ ਅਸੀਂ ਵੀ ਔਰ ਜ਼ਿਮੀਦਾਰਾਂ ਨੂੰ ਵੀ ਦਾ ਤੁਹਾਡੇ ਵਾਸਤੇ ਵੀ ਨਹੀਂ ਦੂਸਰੇ ਜੀ ਜਿਹੜੇ ਲੋਕ ਨੇ ਯੂਟਿਊਬਰ ਨੇ ਜੀ ਜੀ ਸਭ ਵਾਸਤੇ ਓਪਨ ਹੈਗੇ ਸਾਨੂੰ ਅਪਰੋਚ ਕਰਨ ਸ਼ਮਾਇਲ ਸਾਹਿਬ ਦਾ ਨੰਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਠੀਕ ਹੈ ਇਹ ਸਿੰਧ ਦੇ ਹੋਣ ਚਾਹੇ ਪੰਜਾਬ ਹਾਂ ਟਿਕਟੌਕਰ ਨੇ ਯੂਟਿਊਬਰ ਨੇ ਜਿੱਥੇ ਬਿਲਕੁਲ ਫੇਸਬੁੱਕ ਅਕਾਊਂਟ ਹੈਗਾ ਸੋਸ਼ਲ ਮੀਡੀਆ ਦਾ ਕੋਈ ਵੀ ਐਕਟਿਵਿਸਟ ਹੈਗਾ ਉਹ ਇੱਕ ਪ੍ਰੋਪਰ ਚੈਨਲ ਹੈਗਾ ਇਹਨਾਂ ਨੂੰ ਅਪਰੋਚ ਕਰਨ ਅਸੀਂ ਉਹਨਾਂ ਦੇ ਵਾਸਤੇ ਇਤਮਾਮ ਕਰਾਂਗੇ ਇਨਸ਼ਾਅੱਲਾ ਉਹਨਾਂ ਨੂੰ ਮੋਸਟ ਵੈਲਕਮ ਹੈਗਾ ਅੱਛਾ ਸਰ ਇਹ ਦੱਸੋ ਕਿ ਮਿਲਰ ਟਰੈਕਟਰ ਕਿੱਡਾ ਕੁ ਵੱਡਾ ਅਦਾਰਾ ਹੈ ਕਿੰਨੇ ਰਕਬੇ ਤੇ ਹੈ ਕਿੰਨੇ ਟਰੈਕਟਰ ਬਣਾ ਰਿਹਾ ਡੇਲੀ ਸਰ ਮਿਲਰ ਟਰੈਕਟਰ ਦੀ ਬੜੀ ਹਿਸਟਰੀ ਹੈਗੀ ਇਹਦੀਆਂ ਬੜੀਆਂ ਕਾਵਸ਼ਾਂ ਹੈਗੀਆਂ ਨੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇਹਦਾ ਕਿਰਦਾਰ ਜਿੰਨਾ ਮਰਜ਼ੀ ਖੋਲ੍ਹ ਕੇ ਬਿਆਨ ਕੀਤਾ ਜਾਵੇ ਕੀਤਾ ਨਹੀਂ ਜਾ ਸਕਦਾ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇਹ ਤਨੇ ਤਨਹਾ ਅੱਜ ਜਿੱਥੇ ਹੈਗੇ ਆ ਨਾ ਇਹ ਤਨੇ ਤਨਹਾ ਹੈਗੇ ਆ ਤੁਸੀਂ ਦੇਖੋ ਇੱਕ ਅਸੀਂ ਪ੍ਰੈਜੈਂਟੇਸ਼ਨ ਛੱਡ ਰਹੇ ਹਾਂ ਵਿੱਚ ਅਧੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਬਸਿਡੀ ਜਿਹੜੇ ਦੇਣ ਵਾਲਾ ਮੁਲਕ ਹੈਗਾ ਨਾ ਉਹ ਕਿਹੜਾ ਹੋ ਸਕਦਾ ਟਰੈਕਟਰ ਦੇ ਉੱਤੇ ਤੁਹਾਡੀ ਸੋਚ ਮੁਤਾਬਕ ਕਿਹੜਾ ਹੋਏਗਾ ਉਹ ਅਮਰੀਕਾ ਹੈਗਾ ਕਿਆ ਅਮਰੀਕਾ ਜੈਸੇ ਜਦੀਦ ਤਰੀਨ ਮੁਲਕ ਨੂੰ ਆਪਣੇ ਟਰੈਕਟਰ 'ਤੇ ਸਬਸਿਡੀ ਦੇਣ ਦੀ ਜ਼ਰੂਰਤ ਹੈ ਨਹੀਂ ਹੈਗੀ ਠੀਕ ਹੈ ਜੀ
लेकिन वो सब तो ज़्यादा दे रहा है, उस तो बाद चाइना दे रहा है, उस तो बाद इंडिया दे रहा है, असं उस तो भी पिछे है। यानी सबसिडी देने का मतलब है सबसिडी सिर्फ जिम्मेदार नहीं होंगी, इफेक्ट जो इंपैक्ट जो कंपनी पर भी आता है। जो सेल बढ़ती है तो फिर कंपनी से भी मतलब उन्होंने ड्यू शेयर मिल जाता है। तो असी जो भी अज तक हैं ये मिलत की खालिस्तन अपनी काविशा है ने, अपने साढ़े जो माशाला ग्रुप हैगा, मैनेजमेंट है, उन्होंने विजन है, उन्होंने सोच हैगी, उन्होंने एक्सपीरियंस हैगा, उन्होंने फील्ड सी पहले दिन तो इस फील्ड के वस्ता से इंजीनियर ने सारे साड़ी मैनेजमेंट टॉप कैडर जरा सारे इंजीनियर्स ने, उन्होंने पता सी कि ट्रैक्टर किस तरह बनना है। उन्होंने असी वाहिद कंपनी है जिन्होंने किसी गैर मिलकी कंपनी के नाल मुआहदा किया ट्रांसफर ऑफ टेक्नोलॉजी का, कि असी तुहाडे को लाइसेंस ले रहे हैं और तुहाडे तुसी सानू अपनी टेक्नोलॉजी ट्रांसफर करोगे। तो असी वाहिद कंपनी है जिन्होंने समझ लो असी 100% ही कर ली, सिर्फ साड़ी मजबूरी हैगी कि पंप इतने नहीं बन पा रहा, क्रैंक शाफ्ट का मटीरियल पाकिस्तान अवेलेबल नहीं, वरना असी 100% तक चले जा चुके हैं हुण तक। ठीक है जी, तो जिथे असी खड़े है ये तकरीबन 50 एकड़ के करीब जगह हैगी। ठीक है, 1964 के खरीदी गई राणा खुदादाद साहब ने, राणा ट्रैक्टर एंड इक्विपमेंट के नाँ से इस अदारे की दाग बेल पाई। ठीक है जी, तो उस वक्त ट्रैक्टर ना की चीज़ पाकिस्तान दे विच नहीं सी हैगी। ठीक है जी, उन्होंने मेहनत की, वो दो ट्रैक्टर लेके आए बेसिकली, मैसी भी और फीएट भी। ठीक है जी, 71 दे विच फिर पुट्टो साहब आए, उन्होंने अपने गवर्नमेंट की मशीनरी के जरिए जबरदस्ती समझो कि कौमी तहवील च लै लिया, इन नैशनलाइज कर लिया। ठीक है जी, तो वह नैशनलाइज हो गया, फिर यदा नाम मिलत ट्रैक्टर बन गया राणा इक्विपमेंट। ठीक है जी, और चूंकि लोग मिलत दे विच या राणा ट्रैक्टर दे विच काम करते पे सी, वो चलते रहे नाल। ठीक है जी, उस साडी मैनेजमेंट दे लोग भी शामिल सी। ठीक है, तो जो तो गवर्नमेंट दे नाल चलती रही, फिर ये आके 92 दे विच प्राइवेटाइज हुई। जो प्राइवेटाइज करन दा फैसला किया गया, तो जिहड़े मुलाजम सीगे, जिहड़े शऊर रखते सी, उन्होंने कहा यार असीं खुद खरीदांगे, तुसीं इंडस्ट्री च किसे सानूं सेठ अगे ना वेच देना। तो गवर्नमेंट की मेहरबानी इतने इन्हां थोड़ा क्या किरदार जरूर गवर्नमेंट का गया कि उन्होंने प्राइवेटाइज किया अदारा और अच्छे हत्थां नूं सौंपिया। ठीक है, उस वक्त तो लैके हुण तक साडी मैनेजमेंट ने इस अदारे जिहड़ा उह एग्रीमेंट सीगा ट्रांसफर टेक्नोलॉजी का, उन्हूं एक ट्रू स्पिरिट दे नाल पूरी मतलब कि काविश दे नाल जोर दे नाल, वरना केड़ा बंदा अपनी टेक्नोलॉजी ट्रांसफर करता, कोई नहीं करता। ये लैनी पैंदी जबरदस्ती, समझो कि मिलत ने जबरदस्ती कह लो या अपने प्रिंसिपल दियाँ जिन्नियाँ भी उहदियां शरायत सीगियां, जिन्ने भी उहदे लवाजमात सीगे, वह पूरे करते रहे और अलहमदुल्ला इस टाइम साढ़े को ट्रैक्टर की मुकम्मल टैक्नोलॉजी साढ़े को खुद मौजूद है। ठीक है जी, फिर कंपनी साड़ी जी उन्हें वर्टिकली इंटीग्रेट किया, इस कंपनी के मुतलक कंपनियां बनाइया जड़ियाँ इस कंपनी को सप्लाई देंदियां ने, ताकि दो चीज़ा जड़िया इंश्योर होन। पहले वैसे वेंडर इंडस्ट्री का एक जाल बिछाया, उस तो बस उस वेंडर इंडस्ट्री होर ज़्यादा मजबूत करने वास्ते और अपने ट्रैक्टर की क्वालिटी बेहतर करने वास्ते अपनी कंपनी के मुतलक जड़िया ने वो फैक्ट्रियां लाइया, गेयर की फैक्ट्री लाई, बैटरी की फैक्ट्री लाई, ढलाई वाला कारखाना लाया, फाउंड्री जिन्होंने कहते हैं बुलान कास्टिंग लिमिटेड है वो लाया। ठीक है, फिर आई टी के शोबे दे विच आई, एक्सपोर्ट के शोबे दे विच आई, अलहमदुल्ला सफ़र रुकिया नहीं, ये जारी और सारी रहेगा। ठीक है जी, और इस सफ़र की कड़ी असी वक्त नाल नाल नवे मॉडल पेश करने हैं। असी देखो जी 50 हार्स पावर तो लैके 85 हार्स पावर तक 9 मॉडल ने साढ़े। ठीक है जी, 9 मुख्तलिफ मॉडल ने, 235 है, 240 है, 260 है, 360 है। ठीक है जी, 260 स्पेशल एडिशन है, 375 है, 375 फोर व्हील है, 360 है, 360 फोर व्हील है, 385 फोर व्हील है, 11 बन जाते हैं। 2 मॉडल साढ़े जो इंशाला वो नैक्सट ईयर लॉन्च करा इंशाला। कपैसिटी कितनी है ट्रैक्टर बनाने की? देखो असी इस टाइम सिंगल शिफ्ट से काम कर रहे हैं और योमिया तकरीबन 125 के करीब ट्रैक्टर बनते पे ने। मैं दस रहा थानू, एक दौर से जो ट्रैक्टर का बहुत ज़्यादा बूम आया से, उस टाइम अस 2 शिफ्टां च काम करते थे, तो साड़ी उस टाइम तकरीबन असी 200+ ट्रैक्टर 225 के करीब डेली बनाते थे 2 शिफ्टां के नाल। इस टाइम असी सिंगल शिफ्ट के नाल तकरीबन 125 ट्रैक्टर साड़ी कैपेसिटी है। अपना सब तो छोटा 235 है और सब तो वड्डा ट्रैक्टर 385 फोर व्हील। हाँ जी, तो कई जिम्मेदार कहते हैं कि सानू सुपर सीटर वास्ते बेलर वास्ते वड्डे ट्रैक्टर चाहिए है, तो वो तुसी मंगवा के दे सकते हो या आइंदा बना के देने का कोई प्रोग्राम? जी असी उहदे ते ना मतलब नहीं, जदों तक एक चीज़ सामने नहीं ना आती उदों तक तुहानूं लगता नहीं कि असी कुछ कर रहे हैं। जी जी, ठीक है जी, वो स्क्रैच जिहनूं कहिंदे ने
ਨੌ ਦੇ ਨਾਲ ਸਕ੍ਰੈਚ ਸਕ੍ਰੀਨ ਲਾਣਾ ਉੱਥੋਂ ਕੰਮ ਸ਼ੁਰੂ ਹੁੰਦਾ ਤੇ ਪਤਾ ਨਹੀਂ ਕਿੱਥੇ ਤੱਕ ਜਾਂਦਾ ਠੀਕ ਹੈ ਜੀ ਪਤਾ ਨਹੀਂ ਕਿੰਨੀਆਂ ਵਰਕਿੰਗਸ ਆਉਂਦੀਆਂ ਨੇ ਕਿੰਨੀਆਂ ਰਿਜੈਕਸ਼ਨਸ ਆਉਂਦੀਆਂ ਨੇ ਕਿੰਨੀਆਂ ਆਸਾਨ ਕੰਮ ਨਹੀਂ ਹੈ ਆਸਾਨ ਕੰਮ ਨਹੀਂ ਹੈ ਉੱਤੇ ਕੰਮ ਹੋ ਰਿਹਾ ਹੁੰਦਾ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਹੋ ਚੁੱਕਿਆ ਹੁੰਦਾ ਸਾਹਮਣੇ ਆ ਜਾਂਦਾ ਠੀਕ ਹੈ ਜੀ 235 ਟਰੈਕਟਰ ਹੈਗਾ ਇਹ ਸਾਡਾ 2 ਸਾਲ ਤੋਂ ਇਹਦੇ ਤੇ ਕੰਮ ਚੱਲਦਾ ਪਿਆ ਸੀ ਠੀਕ ਹੈ ਜੀ ਤੇ ਅਲਹਮਦੁਲਿਲਾ ਸਰ ਏਬੀਸੀ ਗੇਅਰ ਦੀ ਡਿਮਾਂਡ ਕਰਦੇ ਆ ਕਿਉਂਕਿ ਸੁਪਰ ਸੀਡਰ ਨੂੰ ਚਲਾਣਾ ਤੇ ਉਹਦੇ ਵਾਸਤੇ ਟਰੈਕਟਰ ਦਾ ਟੋਰਾ ਜ਼ਿਆਦਾ ਹੈ ਤੇ ਪੀਟੀਓ ਦੇ ਚੱਕਰ ਥੋੜੇ ਹੁੰਦੇ ਆ ਟਰੈਕਟਰ ਸਲੋ ਕਰਨਾ ਪੀਟੀਓ ਤੇਜ਼ ਕਰਨੀ ਹੈ ਉਹਦੇ ਵਾਸਤੇ ਕੋਈ ਜਗਾੜ ਜਾਂ ਕੋਈ ਇਸ ਤਰ੍ਹਾਂ ਦਾ ਜ਼ਿੰਮੇਦਾਰ ਦੇਖੋ ਪੀਟੀਓ ਦੀਆਂ ਦੋ ਸਪੀਡਾਂ ਹੁੰਦੀਆਂ ਨੇ 540 1000 ਵੈਸੇ ਜ਼ਰੂਰਤ ਹੈ ਜੀ ਹੁਣ ਜ਼ਰੂਰਤ ਹੈ ਅਸੀਂ ਉਹ ਆਪਸ਼ਨ ਇਨਸ਼ਾਅੱਲਾ ਜਲਦ ਦੇਵਾਂਗੇ 1000 ਪੀਟੀਓ ਆਰਪੀਐਮ ਦੀ 1000 ਔਰ ਗੇਅਰ ਦਾ ਵੀ ਗੇਅਰ ਦਾ ਵੀ ਜਿਸ ਤਰ੍ਹਾਂ ਹਾਈ ਲੋ ਹੈ ਔਰ ਇਸ ਤਰ੍ਹਾਂ ਲੋ ਮੀਡੀਅਮ ਹਾਈ ਹੋਣ ਏਬੀਸੀ ਗੇਅਰ ਜੀ ਜੀ ਬਿਲਕੁਲ ਇਹਦੇ ਵਿੱਚ ਅਸੀਂ ਇੰਡੀਆ ਦੇ ਪ੍ਰੋਵੀਜ਼ਨ ਦੇਖਾਂਗੇ ਬਿਲਕੁਲ ਇਸ ਤਰ੍ਹਾਂ ਇਸ ਤੋਂ ਇਲਾਵਾ ਜੀ ਸਾਡੀ ਇੱਕ ਰਿਕੁਐਸਟ ਹੈ ਜਿੰਨੇ ਵੀ ਟਰੈਕਟਰ ਮਿਲਣ ਤੇ ਟਰੈਕਟਰ ਬਣਾ ਕੇ ਬਾਹਰ ਕੱਢ ਦਈਏ ਜ਼ਰੂਰੀ ਕਰ ਦਿਓ ਹਰ ਟਰੈਕਟਰ ਨੂੰ ਸੇਫਟੀ ਬਾਹਰ ਹੋਣੀ ਚਾਹੀਦੀ ਹੈ ਜਿਹੜਾ ਫਾਰਮਰ ਹੈ ਉਹ ਲਾਪਰਵਾਹੀ ਕਰਦਾ ਹੈ ਹਾਲਾਂਕਿ ਇਹ ਮੁੱਲ ਵੀ ਮਿਲਦੀ ਹੈ ਬਾਹਰੋਂ ਵੀ ਬੰਦਾ ਲਗਵਾ ਲੈਂਦੇ ਨੇ ਜਿਨ੍ਹਾਂ ਨੇ ਸ਼ੌਕ ਹੈ ਲੇਕਿਨ ਕਈ ਲਾਪਰਵਾਹੀ ਕਰਦੇ ਆ ਕਿ ਯਾਰ ਐਵੇਂ ਪੈਸੇ ਭਰਨੇ ਆ ਕਿਹੜੀ ਲੋੜ ਹੈ ਫਿਰ ਜਦੋਂ ਕੋਈ ਡਰਾਈਵਰ ਉੱਥੇ ਨੁਕਸਾਨ ਕਰ ਜਾਂਦਾ ਹੈ ਟਰੈਕਟਰ ਕਲਟੀ ਹੁੰਦਾ ਹੈ ਡਰਾਈਵਰ ਦੀ ਜਾਨ ਜਾਂਦੀ ਹੈ ਉਹਦੇ ਫਿਰ ਘਰ ਦਾ ਚੁੱਲ੍ਹਾ ਬੰਦ ਹੋ ਜਾਂਦਾ ਜੀ ਟਰੈਕਟਰ ਦਾ ਵੀ ਬਹੁਤ ਨੁਕਸਾਨ ਹੁੰਦਾ ਜੀ ਜੀ ਇਹ ਅਸੀਂ ਵੀ ਇਨਸ਼ਾਅੱਲਾ ਦੇਖੋ ਇਹ ਹੁੰਦਾ ਤਦਰੀਜੀ ਜਿਸ ਤਰ੍ਹਾਂ ਇਸਲਾਮ ਨੇ ਸ਼ਰਾਬ ਇੱਕਦਮ ਹਰਾਮ ਨਹੀਂ ਕਹਿੰਦਾ ਉਹਨਾਂ ਕਿ ਜੀ ਪਹਿਲੇ ਜਿਹੜਾ ਨਮਾਜ਼ ਪੜ੍ਹਨਾ ਹੈ ਉਹ ਨਹੀਂ ਪੀ ਕੇ ਆਣੀ ਠੀਕ ਹੈ ਆਹਿਸਤਾ ਆਹਿਸਤਾ ਫਿਰ ਉਹਦੀ ਮਮਾਨੀਅਤ ਹੋ ਗਈ ਇਸੇ ਤਰ੍ਹਾਂ ਕੋਈ ਵੀ ਚੀਜ਼ ਤੁਸੀਂ ਇੱਕਦਮ ਕਰੋਗੇ ਨਾ ਤੁਸੀਂ ਦੇਖੋ ਹੈ ਹੁਣ ਟ੍ਰੈਫਿਕ ਦੇ ਉੱਤੇ ਸਾਡਾ ਪ੍ਰੈਸ਼ਰ ਆਇਆ ਕਿ ਜੀ ਲਾਇਸੈਂਸ ਤੋਂ ਬਗੈਰ ਨਹੀਂ ਪੜ੍ਹਨਾ ਮੋਟਰਸਾਈਕਲ ਨਹੀਂ ਚਲਾ ਸਕਦੇ ਚਲਾਨ ਹੈਗੇ ਪਰਚਾ ਦਿੱਤਾ ਜਾਏਗਾ ਤੇ ਕਿੰਨਾ ਰਸ਼ ਹੋ ਗਿਆ ਇੱਕਦਮ ਇਹਨੂੰ ਤਦਰੀਜ ਔਰ ਇੱਕ ਇਹ ਵੀ ਚੀਜ਼ ਹੈ ਕਿ ਅਮਲ ਦਰਾਮਦ ਕਰਾਉਣ ਵਾਲਿਆਂ ਨੂੰ ਵੀ ਆਪਣੀ ਜਿਹੜੀ ਨਾ ਪੋਲੀਟੀਕਲ ਵਿਲ ਸ਼ੋਅ ਕਰਨੀ ਚਾਹੀਦੀ ਕਿ ਅਸੀਂ ਇਹ ਕੰਮ ਕਰਾਉਣਾ ਤੇ ਕਰਾਉਣਾ ਹੈਗਾ ਲੇਕਿਨ ਸਟੈਪ ਬਾਈ ਸਟੈਪ ਕਰਾਉਣਾ ਠੀਕ ਹੈ ਜੀ ਉਹ ਆਪਣਾ ਇਸੇ ਤਰ੍ਹਾਂ ਕੋਈ ਵੀ ਮਾਮਲਾ ਹੈਗਾ ਨਾ ਉਹਨੂੰ ਤਦਰੀਜ ਦੇ ਨਾਲ ਕੀਤਾ ਜਾਵੇ ਅਸੀਂ ਇਹਨੂੰ ਤੁਸੀਂ ਦੇਖੀਏ ਇੰਜੀਨੀਅਰਿੰਗ ਡਿਪਾਰਟਮੈਂਟ ਸਾਡੀ ਉਹ ਮੌਜੂਦ ਪਈ ਹੈ ਸਾਡੀ ਐਕਸਪੋਰਟ 'ਚ ਵਿਕਦੀ ਪਈ ਹੈ ਅਸੀਂ ਲੋਕਲ ਵੀ ਆਪਸ਼ਨ ਰੱਖ ਦਿੱਤੀ ਕਿ ਜਿਹਨੇ ਟਰੈਕਟਰ ਸਾਦਾ ਲੈਣਾ ਸਾਦਾ ਲੈ ਲਿਆ ਜਿਹਨੇ ਐਕਸੈਸਰੀਜ਼ ਵਾਲਾ ਲੈਣਾ ਐਕਸੈਸਰੀਜ਼ ਦੇ ਨਾਲ ਲੈ ਲਵੇ ਠੀਕ ਹੈ ਜੀ ਉਹ ਅਸੀਂ ਆਪਸ਼ਨ ਦੇ ਰਹੇ ਹਾਂ ਲੇਕਿਨ ਤੁਹਾਡੇ ਪਲੇਟਫਾਰਮ ਤੋਂ ਵੀ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਲੋਕਾਂ ਨੂੰ ਗਾਈਡ ਕਰੋ ਜੀ ਠੀਕ ਹੈ ਹੁਣ ਮਤਲਬ ਸਾਨੂੰ ਕਹੋਗੇ ਅਸੀਂ ਬਣਾ ਕੇ ਤਾਂ ਰੱਖੀ ਹੋਈ ਹੈ ਸਾਡੇ ਲਈ ਕੀ ਮੁਸ਼ਕਲ ਹੈਗਾ ਨਾਲ ਟੰਗਣੀ ਸਹੀ ਠੀਕ ਹੈ ਜੀ ਲੈਣ ਵਾਲਾ ਵੀ ਤਾਂ ਰਾਜ਼ੀ ਹੋਵੇ ਨਾ ਕਿ ਮੈਂ ਲੈਣੀ ਹੈਗੀ ਹੈ ਇਹ ਮੇਰੀ ਜਾਨ ਨੂੰ ਦਾ ਤਹੱਫਜ਼ ਕਰਦੀ ਹੈ ਇਹ ਮੇਰੇ ਮਸ਼ੀਨ ਦਾ ਤਹੱਫਜ਼ ਕਰਦੀ ਹੈ ਠੀਕ ਹੈ ਨਾ ਜੀ ਸਰ ਕਈ ਜ਼ਿੰਮੇਦਾਰਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਡੀਲਰਾਂ ਕੋਲ ਜਾਂਦੇ ਹਾਂ ਸਾਡੀ ਗੱਲ ਨਹੀਂ ਸੁਣਦੇ ਸਾਡਾ ਇਹ ਵੀ ਇੱਕ ਮਕਸਦ ਜ਼ਰੂਰਤ ਹੈ ਕਿ ਕੋਈ ਸ਼ਿਕਾਇਤ ਸੈੱਲ ਬਣ ਜਾਵੇ ਜੀ ਜ਼ਰੂਰ ਜ਼ਰੂਰ ਇਸ ਤੇ ਵੀ ਅਸੀਂ ਔਰ ਡਾਇਰੈਕਟ ਆ ਕੇ ਕੰਪਨੀ ਨੂੰ ਸ਼ਿਕਾਇਤ ਬੰਦਾ ਕਰ ਸਕੇ ਜੀ ਬਿਲਕੁਲ ਸਾਡਾ ਕਿਸਾਨ ਰਹਿਨੁਮਾ ਦੇ ਨਾਲ ਹੈ ਆਪਣਾ YouTube ਦੇ ਉੱਤੇ ਵੀ ਚੈਨਲ ਹੈ ਔਰ ਨੰਬਰਸ ਵੀ ਹੈਗੇ ਨੇ ਅਸੀਂ ਆਪਣੇ ਹਰ ਜਗ੍ਹਾ ਸ਼ੇਅਰ ਕਰਦੇ ਹਾਂ ਜੀ ਜੀ ਸਾਡੇ ਨਾਲ ਜਿਹੜਾ ਕੋਈ ਰਾਬਤਾ ਕਰਦਾ ਇਹ ਤੁਸੀਂ ਹੁਣ ਇਹ ਵੀ ਇੱਕ ਇਗਨੋਰੈਂਸ ਹੈਗੀ ਨਾ ਕਿ ਪਤਾ ਹੀ ਨਹੀਂ ਹੈਗਾ ਜੀ ਬਿਲਕੁਲ ਹਾਲਾਂਕਿ ਸਾਨੂੰ ਦੁਨੀਆ ਦੇ ਤੀਸਰੇ ਕੋਨੇ ਤੋਂ ਵੀ ਬੰਦਾ ਅਪਰੋਚ ਕਰ ਲੈਂਦਾ ਕਿ ਯਾਰ ਮੈਨੂੰ ਟਰੈਕਟਰ ਚਾਹੀਏ ਉਹਨੂੰ ਕਿੱਦਾਂ ਪਤਾ ਲੱਗ ਜਾਂਦਾ ਸਾਡਾ ਠੀਕ ਹੈ ਇਹ ਇੱਕ ਸ਼ੌਰ ਦੀ ਗੱਲ ਹੈਗੀ ਨਾ ਯਾਰ ਹੁਣ ਯੂਟਿਊਬ ਹਰ ਚੀਜ਼ ਦਾ ਨੰਬਰ ਹਰ ਜਗ੍ਹਾ ਲਿਖਿਆ ਨੇ ਠੀਕ ਹੈ ਜੀ ਤੇ ਬੜੀਆਂ ਸਹੂਲਤਾਂ ਨੇ ਯਾਰ ਕਿੱਦਾਂ ਹੋ ਸਕਦਾ ਕਿ ਅਸੀਂ ਰਿਸਪੌਂਡ ਨਾ ਕਰੀਏ ਕਿੱਦਾਂ ਹੋ ਸਕਦਾ ਸਾਡੇ ਯਾਨੀ ਕੋਈ ਫੈਕਸ ਨੰਬਰ ਵੀ ਆਇਆ ਆਪਣਾ ਸਾਰਾ ਕੁਝ ਹੈਗਾ ਯੂਏਐਨ ਨੰਬਰ ਹੈ ਅੱਛਾ ਇਸ ਤੋਂ ਵੀ ਵੱਡੀ ਗੱਲ ਇਸ ਤੋਂ ਵੀ ਵੱਡੀ ਗੱਲ ਅਸੀਂ ਇੱਥੇ ਲਾਹੌਰ ਬੈਠੇ ਆ ਮਿਲਤ ਦਾ ਖੁਦ ਦਾ ਆਫਿਸ ਕਰਾਚੀ ਦੇ ਵਿੱਚ ਮੌਜੂਦ ਹੈ ਮਿਲਤ ਦਾ ਖੁਦ ਦਾ ਆਪਣਾ ਆਫਿਸ ਸਖਰ ਦੇ ਵਿੱਚ ਮੌਜੂਦ ਹੈ ਮਿਲਤ ਦਾ ਖੁਦ ਦਾ ਆਪਣਾ ਆਫਿਸ ਮੁਲਤਾਨ 'ਚ ਮੌਜੂਦ ਹੈ ਲਾਹੌਰ ਅਸੀਂ ਬੈਠੇ ਹਾਂ ਇਸਲਾਮਾਬਾਦ ਅਸੀਂ ਬੈਠੇ ਹਾਂ ਠੀਕ ਹੈ ਜੀ ਦੁਬਈ ਅਸੀਂ ਬੈਠੇ ਹਾਂ ਸਹੀ ਠੀਕ ਹੈ ਜੀ ਤੇ ਉਹ ਅਪਰੋਚ ਹੁਣ ਮੁਸ਼ਕਲ ਨਹੀਂ ਹੈ ਹੁਣ ਮੈਂ ਸਮਝਦਾ ਕਿ ਚਲੋ ਜੀ ਅਸੀਂ ਇਨਸ਼ਾਅੱਲਾ ਪੂਰਾ ਕੈਟਲੋਗ ਲੈ ਕੇ ਜਾਵਾਂਗੇ ਜੀ ਜੀ ਬਿਲਕੁਲ ਤੁਹਾਨੂੰ ਕਰਾਂਗੇ ਬਾਕੀ ਦਾ ਜਿਹੜਾ ਜ਼ਿਆਦਾ ਗਿਲਾ ਸ਼ਿਕਵਾ ਜ਼ਿੰਮੇਦਾਰਾਂ ਦਾ ਇਹ ਵੀ ਹੈ ਕਿ ਜਿਹੜਾ ਤੁਸੀਂ ਪਾਰਟਸ ਜਿਹੜੇ ਲੈ ਰਹੇ ਹੋ ਵੈਂਡਰ ਕੋਲੋਂ ਉਹਨੂੰ ਚੈੱਕ ਕਰਕੇ ਨਹੀਂ ਤੁਸੀਂ ਲਗਾਉਂਦੇ ਉਹਦੇ ਬੜਾ ਮਸਲੇ ਆਉਂਦੇ ਆ ਟਰੈਕਟਰ ਨਵੇਂ ਦੀ ਲੀਕਿੰਗ ਸ਼ੁਰੂ ਹੋ ਜਾਂਦੀ ਹੈ ਬਲੋ ਸ਼ੁਰੂ ਹੋ ਜਾਂਦੀ ਹੈ ਇਹ ਉਹ ਹੀ ਗੱਲ ਹੈਗੀ ਹੈ ਇਸ ਟਾਈਮ ਤੁਸੀਂ ਫੈਕਟਰੀ ਦੇ ਵਿੱਚ ਕੋਈ ਮੇਰੇ ਖਿਆਲ 400-500 ਟਰੈਕਟਰ ਬਣੇ ਖੜੇ ਹੋਣੇ ਤੁਸੀਂ ਵਕਤਨ ਫਕਤਨ ਟਰੈਕਟਰ ਚੈੱਕ ਵੀ ਕਰ ਸਕਦੇ ਹੋ ਇੱਕ ਪਰਸੈਪਸ਼ਨ ਹੁੰਦੀ ਨਾ ਜੀ ਢੰਡੋਰਾ ਪਿੱਟ ਦਿੱਤਾ ਤੇ ਉਹ ਪਿੱਟਿਆ ਹੀ ਜਾ ਰਿਹਾ ਪਿੱਟਿਆ ਹੀ ਜਾ ਰਿਹਾ ਜੀ ਜੀ ਤੁਹਾਡਾ ਕੀ ਖਿਆਲ ਹੈ ਸਾਨੂੰ ਇਹ ਸਾਡੇ ਵਾਸਤੇ ਕੋਈ ਇਜਾਜ਼ ਦੀ ਗੱਲ ਹੈਗੀ ਜੀ ਜੀ ਕਿ ਜੀ ਤੁਸੀਂ ਕਹੋ ਇਹ ਟਰੈਕਟਰ ਲੀਕ ਹੋ ਰਿਹਾ ਹੋ ਸੀ ਕਿ ਅੱਛਾ ਅੱਛਾ ਯਾਰ ਕੋਈ ਗੱਲ ਨਹੀਂ ਮੌਕੇ ਦਾ ਫਾਇਦਾ ਉਠਾ ਕੇ ਤੇ ਪੰਜਾਬ ਟਰੈਕਟਰਸ ਦੇ ਜਿਹੜੇ ਵੀ ਵਿਊਅਰ ਸਬਸਕ੍ਰਾਈਬਰਸ ਨੇ ਆਪਣਾ ਪਾਕਿਸਤਾਨ ਦੇ ਟਰੈਕਟਰ ਜ਼ੋਨ ਦੇ ਅਰਸਲ ਫਾਰਮ ਦੇ ਤਰਾਰ ਐਗਰੀ ਡਿਜੀਟਲ ਕਿਸਾਨ ਪਾਕਿਸਤਾਨ ਨਾਸਰ ਟਰੈਕਟਰਸ ਫੈਸਲਾਬਾਦ ਟਰੈਕਟਰਸ ਫਰਖ ਜਾਵੇਦ ਵੀਲੌਗਸ ਐਂਡ ਮਿਸਟਰ ਬਿਲਾਲ ਅਹਿਮਦ ਵੜਾਏ ਜਿਹੜੇ ਵੀ ਸਾਡੇ ਮੌਜ਼ਿਜ਼ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਉਹਨਾਂ ਦੇ ਜਿਹੜੇ ਵੀ ਸਬਸਕ੍ਰਾਈਬਰਸ ਵਿਊਅਰਸ ਨੇ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਜੀ ਯੂਟਿਊਬ
ਮਿਲਰ ਟਰੈਕਟਰਸ ਲਿਮਿਟਿਡ ਆਫੀਸ਼ੀਅਲ ਦਾ YouTube ਚੈਨਲ ਜੇ ਤੁਸੀਂ ਜਾ ਕੇ ਸਬਸਕ੍ਰਾਈਬ ਵੀ ਕਰੋ ਤੇ ਉਹਦੇ ਉਹਨਾਂ ਦੇ ਵੀਡੀਓਜ਼ ਕਿਸਾਨ ਰੈਂਡਮਾ ਦੇ ਐਪੀਸੋਡਸ ਵੀ ਵੇਖੋ ਜੀ ਉਹ 21 ਐਪੀਸੋਡਸ ਜਿਹੜੇ ਉਰਦੂ ਚ ਨੇ 21 ਐਪੀਸੋਡਸ ਜਿਹੜੇ ਪਸ਼ਤੋ ਚ ਨੇ ਤੇ ਅਸੀਂ ਪੰਜਾਬੀ ਸਿੰਧੀ ਬਲੋਚੀ ਚ ਵੀ ਉਹਨਾਂ ਨੂੰ ਜੀ ਜੀ ਕਰ ਰਹੇ ਆ ਬਹੁਤ ਸਾਰਾ ਮਟੀਰੀਅਲ ਉੱਥੇ ਹੋਇਆ ਸਾਡੇ ਕੰਟੈਕਟਸ ਵੀ ਉੱਥੇ ਹੋਏ ਬਹੁਤ ਸਾਰੇ ਤੁਹਾਡੇ ਸਵਾਲਾਂ ਦਾ ਤੁਹਾਨੂੰ ਜਵਾਬ ਵੀ ਮਿਲ ਸਕਦਾ ਬਿਲਕੁਲ ਜੀ ਇੱਕ ਅਫੀਸ਼ੀਅਲ ਚੈਨਲ ਹੈ ਮਿਲਰ ਟਰੈਕਟਰ ਦਾ ਮਿਲਰ ਟਰੈਕਟਰਸ ਲਿਮਿਟਿਡ ਆਫੀਸ਼ੀਅਲ ਇਹ ਯਾਦ ਰੱਖੋ ਅਸੀਂ ਉਹ ਸਕਰੀਨਸ਼ਾਟ ਵੀ ਐਡ ਕਰ ਦਿਆਂਗੇ ਇਨਸ਼ਾਅੱਲਾ ਇਹ ਕਿ ਜ਼ਿੰਮੇਦਾਰਾਂ ਨੂੰ ਉਹਨਾਂ ਦੀ ਮਸਾਇਲ ਦਾ ਹੱਲ ਜਿਹੜਾ ਉਹ ਮਿਲਦਾ ਰਹੇ ਨਾਲ ਨਾਲ ਤੇ ਬਾਕੀ ਜੀ ਹੁਣ ਪ੍ਰਾਈਸ ਦੀ ਗੱਲ ਕਰਦੇ ਆ ਵੀ ਐਡ ਕਰਨਾ ਚਾਹੁੰਦਾ ਜੀ ਜੀ ਸਾਡੇ ਫੇਸਬੁੱਕ ਦੇ ਉੱਤੇ ਕੁਝ ਲੋਕਾਂ ਨੇ ਮਿਲਰ ਟਰੈਕਟਰ ਦੇ ਨਾਮ ਤੋਂ ਪੇਜ ਬਣਾਇਆ ਹੋਇਆ ਇਹ ਤਾਂ ਨਾਲ ਆ ਜਾਓ ਮਾਈਕ ਤੁਸੀਂ ਇੱਧਰ ਆ ਜਾਓ ਸਾਹਿਬ ਮਾਈਕ ਤੇ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ ਉਹ ਬਿਲਕੁਲ ਔਥੈਂਟਿਕ ਹੈ ਤੇ ਉਹਨਾਂ ਨੂੰ ਇੱਕ ਦਫਾ ਤੁਸੀਂ ਗੋ ਥਰੂ ਕਰੋਗੇ ਤੁਹਾਨੂੰ ਪੁਰਜ਼ਿਆਂ ਦੇ ਬਾਰੇ ਵੀ ਇਨਫੋਰਮੇਸ਼ਨ ਮਿਲੇਗੀ ਸਾਡੇ ਓਰਿਜਨਲ ਆਫਿਸਿਸ ਜਿਵੇਂ ਸਜਾਦ ਸਾਹਿਬ ਨੇ ਦੱਸਿਆ ਕਿ ਕਰਾਚੀ ਲਾਹੌਰ ਸਖਰ ਇਸਲਾਮਾਬਾਦ ਇਹਨਾਂ ਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਤੇ ਜਿੰਨੇ ਵੀ ਜੈਨੂਇਨ ਤੇ ਤੁਹਾਡੇ ਜਿੰਨੇ ਵੀ ਇਸ਼ੂਜ਼ ਨੇ ਉਹਨਾਂ ਦੇ ਮੁਤਾਬਿਕ ਤੁਹਾਨੂੰ ਸਵਾਲ ਕਰਨ ਤੋਂ ਪਹਿਲੇ ਜਵਾਬ ਉੱਥੇ ਮਿਲੇਗਾ ਤੇ ਲਿਹਾਜ਼ਾ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ ਤੇ YouTube ਤੇ ਵੀ ਫੋਲੋ ਕਰੋ ਇਨਸ਼ਾਅੱਲਾ ਤਾਲਾ ਤੁਹਾਡੇ ਵਾਸਤੇ ਉਹਦੇ ਸਰਚ ਚ ਸਰ ਇਹ ਗਲਤ ਫਹਿਮੀ ਅਸਲ ਚ ਕੰਪਨੀ ਕੰਮ ਕਰ ਰਹੀ ਹੈ ਉਹਦੇ ਮੁਤਾਬਿਕ ਦੀ ਵੀਡੀਓ ਤੁਹਾਨੂੰ ਉੱਥੇ ਹੀ ਆ ਜਾਏਗੀ ਸਰ ਕੁਝ ਤੇ ਮਸਾਇਲ ਨੇ ਕੁਝ ਗਲਤ ਫਹਿਮੀਆਂ ਨੇ ਇਹ ਦੂਰੀ ਜਿਹੜੀ ਹੈ ਖਤਮ ਕਰਨ ਵਾਸਤੇ ਜਿਹੜਾ ਤੁਹਾਡਾ ਯੂਜ਼ਰ ਹੈ ਫਾਰਮਰ ਤੇ ਕੰਪਨੀ ਦੇ ਦਰਮਿਆਨ ਅਸੀਂ ਉਹ ਕਰਦਾਰ ਅਦਾ ਕਰਦੇ ਪਏ ਹਾਂ ਸਰ ਮੈਨੇਜਮੈਂਟ ਦਾ ਅਸੀਂ ਫੀਲਡ ਵਿੱਚ ਵੀ ਜਾਈਦਾ ਅਸੀਂ ਪਹਿਲੇ ਸੋਸ਼ਲ ਮੀਡੀਆ 'ਚ ਪਹਿਲੇ ਤੇ ਅਸੀਂ ਕਦਮ ਹੀ ਨਹੀਂ ਰੱਖਿਆ ਜੀ ਜਦੋਂ ਅਸੀਂ ਕਦਮ ਰੱਖਣ ਲੱਗੇ ਤਾਂ ਪਹਿਲੀ ਸਾਡੀ ਪ੍ਰਾਇੋਰਟੀ ਜਿਹੜੀ ਸੀ ਨਾ ਸਾਡੀ ਮੈਨੇਜਮੈਂਟ ਦੀ ਸਾਡੇ ਸੀਨੀਅਰਸ ਜਿਹੜੇ ਸਾਡੇ ਡਾਇਰੈਕਟਰ ਮਾਰਕੀਟਿੰਗ ਅਜ਼ਰ ਨੂਰ ਸਾਹਿਬ ਮੈਨੂੰ ਸਪੈਸ਼ਲੀ ਸਾਰਿਆਂ ਨੂੰ ਇਹ ਦੱਸਿਆ ਸੀ ਕਿ ਇਹ ਜਿਹੜਾ ਵੀ ਅਸੀਂ ਚੈਨਲ ਸਟਾਰਟ ਕਰ ਰਹੇ ਨਾ ਇਹ ਐਜੂਕੇਸ਼ਨਲ ਹੋਣਾ ਚਾਹੀਦਾ ਜੀ ਜੀ ਇਹ ਤਾਲੀਮੀ ਚੈਨਲ ਹੋਣਾ ਚਾਹੀਦਾ ਇਹ ਤੇ ਸ਼ੋਬਾਜ਼ੀ ਬੇਸ਼ੁਮਾਰ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਅਸੀਂ ਨਹੀਂ ਚਾਹਾਂਗੇ ਕੋਈ ਵੀ ਸਾਡੀ ਮੁਲਕੀ ਕੰਪਨੀ ਫਲਾਪ ਹੋਵੇ ਅਸੀਂ ਮਿਲਰ ਟਰੈਕਟਰ ਨੂੰ ਬੋਰਿੰਗ ਲੱਗੇਗੀ ਜਿਵੇਂ ਕੋਈ ਕਿਤਾਬ ਪੜ੍ਹ ਰਹੇ ਹੋ ਜਾਂ ਜੋ ਵੀ ਮਤਲਬ ਅਸੀਂ ਕੋਸ਼ਿਸ਼ ਕੀਤੀ ਆਪਣੀ ਤਰਫੋਂ ਉਹਨਾਂ ਨੂੰ ਥੋੜਾ ਲੌਜੀਕਲ ਕਰਨ ਦੀ ਲੇਕਿਨ ਅਸੀਂ ਹਰ ਇਲਾਕੇ ਦੇ ਹਿਸਾਬ ਨਾਲ ਮੋਸਟਲੀ ਤੁਹਾਨੂੰ ਉੱਥੇ ਉਰਦੂ ਚ ਵੀ ਮਟੀਰੀਅਲ ਮਿਲੇਗਾ ਇਹ ਨਹੀਂ ਕਿ ਅਸੀਂ ਸਿਰਫ ਅੰਗਰੇਜ਼ੀ ਚ ਸਾਰਾ ਕੁਝ ਛਾਪਿਆ ਹੋਇਆ ਉਰਦੂ ਦੇ ਵਿੱਚ ਕੋਸ਼ਿਸ਼ ਕੀਤੀ ਹੋਈ ਹੈ ਵਿੱਚ ਫਿਰ ਪਸ਼ਤੋ ਦੇ ਵਿੱਚ ਮਤਲਬ ਜਿਹੜੀ ਰੀਜਨਲ ਲੈਂਗੁਏਜਸ ਹੈਗੀ ਨਹੀਂ ਸਾਡੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਗੱਲ ਸਮਝਾ ਸਕੀਏ ਤਸਵੀਰੀ ਸ਼ਕਲ ਦਿੱਤੀ ਗਈ ਤਸਵੀਰਾਂ ਦੇਖ ਕੇ ਉਹਨੂੰ ਸਮਝ ਆ ਜਾਵੇ ਕਿ ਯਾਰ ਇਹ ਚੀਜ਼ ਹੈ ਇਹ ਚੀਜ਼ ਠੀਕ ਹੈ ਔਰ ਉਸ ਤੋਂ ਔਰ ਅਗਰ ਉਹਨੂੰ ਉਹ ਵੀ ਸਮਝ ਨਾ ਆਏ ਫਿਰ ਅਸੀਂ ਵੀਡੀਓਜ਼ ਬਣਾ ਕੇ ਪਾਈਆਂ ਹੋਈਆਂ ਨੇ ਠੀਕ ਹੈ ਕਿ ਟਰੈਕਟਰ ਨੂੰ ਸਟਾਰਟ ਕਰਨ ਦਾ ਤਰੀਕਾ ਟਰੈਕਟਰ ਦੀ ਦੇਖਭਾਲ ਉਹਦੀ ਸਰਵਿਸ ਕਰਨ ਦਾ ਤਰੀਕਾ ਠੀਕ ਹੈ ਜੀ ਟਰਬਲ ਸ਼ੂਟਿੰਗ ਹਾਈਡ੍ਰੋਲਿਕ ਦੇ ਐਡਜਸਟਮੈਂਟ ਮੁਖਤਲਿਫ ਅਸੀਂ ਕੋਈ ਵੀ ਬਾਈਕ ਕਿਸਮ ਦੀਆਂ ਵੀਡੀਓਜ਼ ਬਣਾਈਆਂ ਨੇ ਟਰੈਕਟਰ ਦੇ ਮੁਤਲਕਾ ਠੀਕ ਹੈ ਜੀ ਔਰ ਉਹਨਾਂ ਨੂੰ ਫਿਰ ਅੱਗੇ ਫਰਦਰ ਮੁਖਤਲਿਫ ਜ਼ਬਾਨਾਂ ਦੇ ਵਿੱਚ ਲਾਂਚ ਕੀਤਾ ਠੀਕ ਹੈ ਜੀ ਜਿਸ ਤਰ੍ਹਾਂ ਪਸ਼ਤੋ ਹੈ ਠੀਕ ਹੈ ਜੀ ਸਿੰਧੀ ਦੇ ਵਿੱਚ ਸਾਡੀ ਕਿਤਾਬ ਚ ਜਿਹੜਾ ਸਿੰਧੀ ਦੇ ਵਿੱਚ ਵੀ ਮੌਜੂਦ ਹੈਗਾ ਠੀਕ ਹੈ ਜਿਹੜਾ ਟਰੈਕਟਰ ਦੇ ਨਾਲ ਜਾਂਦਾ ਹੈ ਕਿ ਜਿਹੜਾ ਇਹ ਚੀਜ਼ਾਂ ਹੈਗੀਆਂ ਤਾਂ ਕਿ ਇਨਫੋਰਮੇਸ਼ਨ ਜ਼ਿਆਦਾ ਇਸੇ ਤਰ੍ਹਾਂ ਟਰੈਕਟਰ ਦੇ ਉੱਤੇ ਸਟਿੱਕਰਸ ਲੱਗੇ ਜਿਹਨਾਂ ਨੂੰ ਡੈਕਲਸ ਕਹਿੰਦੇ ਨੇ ਜਿਨ੍ਹਾਂ ਤੇ ਲਿਖਿਆ ਹੁੰਦਾ ਹੈ ਤੰਬੀ ਲਿਖੀ ਹੈ ਨਾ ਜੀ ਕਿਸੇ ਬੈਟਰੀ ਕੋ ਉਤਾਰਨੇ ਕੇ ਮੁਸਬਤ ਪਹਿਲੇ ਮਨਫੀ ਤਾਰ ਅਲੱਦਾ ਕਰੇ ਠੀਕ ਹੈ ਜੀ ਮੁਸਬਤ ਸੇ ਪਹਿਲੇ ਮਨਫੀ ਤਾਰ ਇਹ ਹੁਣ ਉਰਦੂ ਵਾਲੇ ਨੂੰ ਤਾਂ ਪਤਾ ਲੱਗ ਜਾਏਗਾ ਠੀਕ ਹੈ ਸਿੰਧੀ ਵਾਲੇ ਤੁਹਾਨੂੰ ਪਤਾ ਸਾਡੇ ਓਰਿਜਨਲ ਜਿਹੜੀਆਂ ਲੈਂਗੁਏਜਸ ਬਹੁਤ ਸਟਰੋਂਗ ਨੇ ਉਹ ਆਪਣੀ ਜ਼ਬਾਨ ਤੋਂ ਇਲਾਵਾ ਹੋਰ ਕੁਝ ਨਹੀਂ ਨਾ ਲਿਖਣਾ ਜਾਣਦੇ ਨਾ ਪੜ੍ਹਨਾ ਜਾਣਦੇ ਨਾ ਬੋਲਣਾ ਜਾਣਦੇ ਨੇ ਅਸੀਂ ਇਹਨਾਂ ਨੂੰ ਅਸੀਂ ਸ਼ਾਰਟ ਸ਼ਾਰਟ ਕਰ ਰਹੇ ਪਏ ਆ ਕਿਉਂਕਿ ਜ਼ਿਆਦਾ ਜਿਹੜੀ ਅਸੀਂ ਚੀਜ਼ਾਂ ਕਵਰ ਕਰ ਸਕੀਏ ਇੱਕ ਹੋਰ ਵੀ ਗਿਲਾ ਜ਼ਿੰਮੇਦਾਰਾਂ ਦਾ ਕਿ ਡਾਲਰ ਉੱਪਰ ਗਿਆ ਰੇਟ ਵਧ ਗਏ ਡਾਲਰ ਥੱਲੇ ਆਇਆ ਰੇਟ ਨਹੀਂ ਕੰਪਨੀ ਨੇ ਕੰਮ ਕੀਤੇ ਔਰ 90% ਟਰੈਕਟਰ ਪਾਕਿਸਤਾਨ 'ਚ ਬਣਦਾ ਪਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਸਿਰਫ 10% ਬਾਹਰੋਂ ਆਉਂਦਾ ਫਿਰ ਡਾਲਰ ਦਾ ਰੇਟ ਨਾਲ ਕੀ ਤਲਕ ਹੈ ਜੀ ਇਹ ਥੋੜਾ ਕਲੀਅਰ ਕਰੋ ਸਰ ਇਸ ਤਰ੍ਹਾਂ ਹੈਗਾ ਕਿ ਇਹਦੇ 'ਚ ਨਾ ਬਹੁਤ ਸਾਰੇ ਫੈਕਟਰਸ ਹੁੰਦੇ ਕਿਸੇ ਵੀ ਚੀਜ਼ ਦੀ ਪ੍ਰਾਈਸ ਹੈ ਨਾ ਜੀ ਉਹਦੀ ਪ੍ਰਾਈਸ ਦੇ ਇੱਕ ਮਟੀਰੀਅਲ ਹੁੰਦਾ ਇੱਕ ਉਹਦੇ ਉੱਤੇ ਪ੍ਰੋਸੈਸਿਸ ਹੁੰਦੇ ਨੇ ਤੀਸਰਾ ਉਹਦੇ 'ਚ ਇਨਪੁੱਟਸ ਹੁੰਦੀਆਂ ਨੇ ਜਿਹੜਾ ਇਲੈਕਟ੍ਰਿਸਿਟੀ ਹੋ ਗਿਆ ਲੇਬਰ ਕਾਸਟ ਹੋ ਗਈ ਇਸੇ ਤਰ੍ਹਾਂ ਤੁਹਾਡੀ ਟਰਾਂਸਪੋਰਟੇਸ਼ਨ ਹੋ ਗਈ ਠੀਕ ਹੈ ਜੀ ਫਿਰ ਉਹ ਔਰ ਮਟੀਰੀਅਲ ਜਿਹੜਾ ਉਹ ਬਣਦਾ ਪਿਆ ਉਹ ਪੁਰਜ਼ਾ ਜਿਸ ਮਟੀਰੀਅਲ ਦਾ ਬਣਦਾ ਪਿਆ ਕਿਆ ਲੋਕਲ ਅਵੇਲੇਬਲ ਹੈ ਜਾਂ ਬਾਹਰੋਂ ਆਉਂਦਾ ਅਸੀਂ ਅਸਲ 'ਚ ਮਟੀਰੀਅਲ ਦੇ ਵਿੱਚ ਵੀ ਖੁਦ ਇਨਸਾਰ ਨਹੀਂ ਹੈਗੇ ਤਨਖਾਹਾਂ ਗਵਰਨਮੈਂਟ ਨੇ ਵਧਾਤੀਆਂ ਮਜ਼ਦੂਰ ਦੀਆਂ
ठीक है असी कहने बहुत अच्छा इकदम किया लेकिन इंपैक्ट कितने आएगा हर चीज बिजली बद गई ठीक है इधरों फड़ दी बजाय इधरों फड़ लिया है देखो उन्होंने जड़ा ना जी उन्होंने होर सनैरियो है उन्होंने इंपोर्ट बहुत ज्यादा है उन्होंने इंपोर्ट बहुत ज्यादा है ठीक है जी साडा मटीरियल इंपोर्ट उन्होंने फिनिश गुड इंपोर्ट ट्रांसमिशन बाहरों आती है ठीक है कुछ मैं तुम्हें एक होर गल दस दा ना कि जी एक मतलब कि एक नैगेटिव ना चला जाए लेकिन मैं गल करदा कि जी जड़ी भी चीज़ इंपोर्टेड इस्तेमाल होंगी ना जी वो दो तरह मुल्क नुकसान दे रही होंगी है पहले जो इंपोर्ट होंगी वो उत्ते टैक्सिस ड्यूटियां लगदियां ने और प्रॉफिट लगता है हम लैट से एक्स वाई जी कंपनी हैगी जी कार बनाती है ठीक है उन्हें इंजन या गेयर बक्सा बाहरों मंगवाया उन्हें वो प्राइसिंग अपना प्रॉफिट भी रखे उन्हें टैक्स वगैरह भी रखे फिर जो गड्डी बनाई फिर वो पाता ठीक है वो कोई तो मार्जिन अवेलेबल है वो तो सस्ता कर देगा फिर बिल्कुल ठीक है ना जी जो बिल्कुल मरण दे आया कर दे सस्ता ठीक है जी नाले पैसा मुल्क दा बाहर जा ना पैसा मुल्क दा राज आ रहा है दूसरा असी अलहमदुल्ला पिछले साल साडी कंपनी नू बेस्ट एक्सपोर्टर दा अवार्ड मिलिया असी देखो एक यार्ड स्टिक हैगी है कि क्या अगर असी लोकल करंसी और उहदा ज़ाहिर एक्सचेंज रेट हर जगह ते काउंट कर रहा होंदा जिहड़ा बंदा बाहर बैठ के साडा ट्रैक्टर इंपोर्ट कर रहा है वह भी कैलकुलेशन लै रहा होंदा कि जी डॉलर दे विच साडी करंसी च कित्थे पै रहा हैगा ते असी क्योंकि एक्सपोर्ट दे ते टैक्स जिहड़ा और रिफंड हो जाता है तो असी जी प्राइस कोट करते उन्होंने सब तो अट्रैक्टिव लगती है इस वजह तो साढ़े अलहमदुल्ला पिछले साल असी बेस्ट एक्सपोर्टर का अवार्ड भी विन किया है और यह साढ़े वास्ते असी डबल समझ लो कि कंट्रीब्यूट करते पे हैं मुल्क की इकोनमी के एक असं इंपोर्ट नहीं करन दे दूसरा एक्सपोर्ट कर रहे हैं पूरा ट्रैक्टर बना के जी डॉलर बाहर भेज मतलब इतों का पैसा बाहर भेज रही है असी बाहर का पैसा इतने लेके आ रहे हैं डालर उत्ते जांदा जहरी गल महंगा मिलता है जो डालर थले होंदा उससे रॉ मटेरियल दा रेट भी तो घटदा सर तुहाडी गल बिलकुल ठीक है हो सकदा कि सानू इस टाइम प्रेशर होवे कि कीमत वधाओ और असी ऑब्जर्व कर रही है तो उन्होंने नहीं गल्ला पता असी क्योंकि असी बिजनेसमैन है असी अपनी सारी चीज़ देखनी यार साड़ी कीमत जी है असी मैक्सीमम कोशिश करीदे कि घट तो घट जिदा कहें कि यह भी ला दो यह भी ला दो असी क्यों नहीं ला रहे ठीक है इन्होंने चीज़ों की वजह तो कि यार ऑप्शनल रख लो जिन्हें लैनी ले लवे ठीक है कास्ट ऑफ प्रोडक्शन मटीरियल एक चीज़ है मैं तुम अगर दस्या दूसरी हैगी प्रोसेसिज ठीक है एक एक फर्ज किया शीट मेटल है एज अ फेंडर है ये पहले एक शीट सी शीट बाहरों आती है यदि पाकिस्तान स्टील मिल नहीं बना रही शीट ठीक है जी यदि शीट बाहरों आती है बिल्कुल मामूली चीज़ है ठीक है जी इस तो बाद इन्हें बैंड होना इन्हें कट होना इन्हें बैंड होना फिर यदि किसी जगह सुराख होने ने किसी जगह स्पॉट वेल्डिंग हैगी प्रोसेस है ठीक है जी फिर ये लेबर हैगी है ठीक है जी सर वो लंबा चक्कर हो गया ਅਸੀਂ ਸ਼ਾਰਟ ਜੇ ਤੁਹਾਡੇ ਕੋਲ ਸ਼ਾਰਟ ਇਹੀ ਹੈਗਾ ਕਿ ਜਦੋਂ ਸਾਡੇ ਕੋਲ ਹੋਇਆ ਨਾ ਜੀ ਅਸੀਂ ਜ਼ਰੂਰ ਕੀਮਤ ਘਟਾਵਾਂਗੇ ਇਹ ਗੱਲ ਹੈ ਕਿ ਜਦੋਂ ਡਾਲਰ ਵੱਧਦਾ ਹੈ ਉਦੋਂ ਤੁਸੀਂ ਉਹ ਰੀਜ਼ਨ ਦੱਸ ਦਿੰਦੇ ਹੋ ਕਿ ਡਾਲਰ ਵੱਧ ਗਿਆ ਇਸ ਵਜ੍ਹਾ ਤੁਸੀਂ ਰੇਟ ਵਧਾ ਰਹੇ ਹੋ ਮੈਂ ਨਾ ਕਿ ਜਦੋਂ ਡਾਲਰ ਥੱਲੇ ਆਉਂਦਾ ਹੈ ਆਟੋਮੈਟਿਕਲੀ ਰॉ ਮਟੀਰੀਅਲ ਨਾਲ ਜਾਂ ਇਸ ਚੀਜ਼ ਨਾਲ ਉਹਦਾ ਪੈਂਦਾ ਨਾ ਦੇਖੋ ਇਹ ਦੋ ਚੀਜ਼ਾਂ ਦੇਖੋ ਇਹਦਾ ਜਿਹੜਾ ਨਾ ਇੱਕ ਪੂਰੀ ਇੱਕ ਸਾਇੰਸ ਹੈਗੀ ਸਿਸਟਮੈਟਿਕ ਤਰੀਕੇ ਨਾਲ ਕੰਮ ਹੋ ਰਿਹਾ ਹੁੰਦਾ ਹੈ ਡੇਲੀ ਬੇਸਿਸ ਤੇ ਡਾਲਰ ਉੱਪਰ ਜਾ ਰਿਹਾ ਥੱਲੇ ਆ ਰਿਹਾ ਇਦਾਂ ਹੀ तो डेली बेसिस से कीमत बढ़ावे घटावे एक अपर लिमिट होंगी एक लोअर लिमिट होंगी है ठीक है जी उन्होंने लिमिट्स के विच रह के सारा करना होता जो सा अपर लिमिट तो कम टप रहा होंगे ना असी फिर भी कोशिश करते हैं महीने दो महीने तीन महीने टपा दें असं नहीं कीमत बढ़ाते तो नहीं मतलब पता की है यह नहीं कि जी हूँ मैं चूंकि मिलत की साइड से खड़ा तो मैं जना बोलेंगा मिलत के आगे एक हकीकत हैगी है असं पाकिस्तान के रह रहे हैं तुम पता है कि पाकिस्तान रह रहे इतने बड़े मसाइल ने और पैसे हर कम च पैसा 6 अरब रुपया साडा जिहड़ा ना जी जदों 2022 दे जून तो पहले ट्रैक्टर दे उत्ते टैक्स मतलब जीरो रेटिंग सी 5% सीगा ठीक है जी 5% टैक्स सीगा रूटीन च किन्ना सीगा 17 सीगा बाकी हर शायद 17% ट्रैक्टर टैक्स सीगा ते ट्रैक्टर ते सीगा 5% यानी 12% असी जदों पुरजा खरीदा ते पूरा 17 दित्ता ट्रैक्टर बना के वेचा जिमीदार को लिया 5 12 कित्थे गया असी ओह रिफंड लैंदे हुंदे सी गवर्नमेंट ठीक है ओ 6 अरब रुपया साडा 6 अरब रुपया साडा हल्ले भी गवर्नमेंट वाल पिया होया बाकी जी यानी शॉर्टकट सिस्टम है वे कि जदो डॉलर वधदा इना दी पहुंच तो दूर हो जाता है ओना चेरे रेट कंट्रोल रखदे यानी जेड़ा माल आया जेड़ा माल आया सोच तो बढ़ जांदा उस बाद रेट बढ़ते ने ओना चेरे समझ आ रही है जी
आखरी अपना सवाल यह है कि मिलर ट्रैक्टर माशाल्लाह साडी पाकिस्तान की सब तो वड्डी कंपनी है और सब तो ज्यादा ट्रैक्टर बनाती है, क्वांटिटी नूं ज्यादा देखा जाता है, क्वालिटी किस तरह तुसी क्वालिटी का बहुत ज्यादा गिला क्वालिटी तुसी इंशाल्लाह जाओगे हुण जी क्योंकि साडा इस तों बाद क्वालिटी का सैशन हैगा सही ते असी तुहानूं हर हर जगह इसे वास्ते लैके जा रहे हैं वरना असी तुहानूं उत्थे ही टीवी ते दिखा के ते लो जी दा तुसी आ बड़ी मेहरबानी जनाब ते लो जी ए छोटा जिहा गिफ्ट साडे वल्लों अल्लाह हाफिज़ एना डिटेल च कोई विजिट नहीं कराता ताकि असी जो कर रहे हैं जो तुसी देखोगे अख भी की कहने यार असी ये भी सोचा सी कि सानू मखसूस सवाल करन देंगे तुसी खुली छुट्टी दित्ती है असी इस चीज नु बिल्कुल मेरा भी हैगा जी जी वो हैगा जेड़ा 375 है 385 है पहले इन पहले जेड़े परखन मॉडल आंदे सी उन्होंने दो बैटरियां होंदियां सी हुण तुसी एक बैटरी दे रहे हो वो गर्मियां दे विच तां स्टार्ट सही हुंदा लेकिन जो सर्दियां होंदियां कई दफा तो हो जाता कई दफा उन्हें चोक खिंच के स्टार्ट करना पैंदा आया कि उन्हें दो बैटरियां या वड्डी बैटरी जरूरत है चोक क्यों खिंचदे हो वो जेड़ा सलफ घुमांदा ही नहीं नहीं मैं यही गल करदा ना देखो सानू थोड़ी जी सानू समझना पैना है जी जी सर्दियां दे विच स्टार्टिंग दा तरीका कार ही मुख्तलिफ हैगा जी जी तुसी चाबी जदों ट्रैक्टर दे लांदे हो जी जी उल्ट फेरनी है बिल्कुल है ओदे च हीटर लग्या है ओ तुहाडा गर्म कर देगा तुहाडे सारे जिहड़े पिस्टनां दे उपर जिहड़ा डीजल जाणा उहनूं गर्म कर देगा तुसी पहले उत्ते बकायदा निशान आंदा है ਕਿ ਤੁਹਾਡਾ ਜਿਹੜਾ ਹੀਟਰ ਆਨ ਹੋ ਗਿਆ ਠੀਕ ਹੈ ਜੀ ਹੀਟਰ ਆਨ ਕਰਕੇ ਸਿਰਫ 1 ਸਕਿੰਟ ਦੇ ਵਿੱਚ ਸਟਾਰਟ ਹੋਏਗੀ ਕਿਉਂ ਨਹੀਂ ਹੋਏਗੀ ਬੈਟਰੀ ਇੱਕੋ ਸਾਲ ਹੀ ਕੱਢਦੀ ਹੈ ਉਹਦੇ ਉਹਦੀ ਗਾਰੰਟੀ ਹੀਟਰ ਵੀ ਲੱਗਾ ਨਾਲ ਮੀਟਰ ਵੀ ਲੱਗਾ ਤੇ ਮੀਟਰ ਸਾਰੇ 1 ਸਾਲ ਬਾਅਦ ਖਰਾਬ ਹੋ ਜਾਂਦਾ ਹਾਂਜੀ ਮੀਟਰ 1 ਸਾਲ ਬਾਅਦ ਖਰਾਬ ਹੋ ਜਾਂਦਾ ਅਸੀਂ ਇਹਦੇ ਉੱਤੇ ਉਹ ਗੱਲ ਹੋਈ ਹੈਗੀ ਹੈ ਆਰਪੀਐਮ ਤੇ ਚਲਾ ਕੇ ਦੇਖੀਦਾ ਨਾ ਤੇ ਮੀਟਰ 1 ਸਾਲ ਬਾਅਦ ਉਹ ਖਰਾਬ ਉਹਨਾਂ ਦਾ ਕਹਿਣ ਦਾ ਮਕਸਦ ਹੈ ਵੀ ਤੁਸੀਂ ਟਰੈਕਟਰ ਲੈ ਲੈਂਦੇ ਹੋ ਜਿਹੜੇ ਉਹਦੇ ਨਾਲ ਕਿਤਾਬਾਂ ਹੁੰਦੀਆਂ ਚੱਕ ਕੇ ਘਰ ਸੁੱਟ ਦਿੰਦੇ ਹੋ ਉਹ ਸਾਰਾ ਕੁਝ ਠੀਕ ਹੈ ਉਹਨੂੰ ਰੀਡ ਕਰੋਗੇ ਉਸ ਹਿਸਾਬ ਨਾਲ ਟਰੈਕਟਰ ਚਲਾਓਗੇ ਤੇ ਮੂੰਗਫਲੀ ਵਾਲੇ ਕੋਲ ਸਾਨੂੰ ਮਿਲਦੀਆਂ ਨੇ ਜਿਹੜਾ ਕੋਈ ਹੈ ਜੀ ਬੁੱਕਾ ਜਿਹੜੀ ਮੂੰਗਫਲੀ ਦਿੰਦਾ ਸਾਨੂੰ ਕਿਤਾਬ ਅਸੀਂ ਵੀ ਗੱਲ ਕਰ ਰਹੇ ਹਾਂ ਡੀਲਰਾਂ ਦੇ ਕੋਲ ਹੀ ਪਿਆ ਦਿੰਦੀਆਂ ਡੀਲਰ ਹਜ਼ਾਰ ਤੁਹਾਡੇ ਗਾਂ ਦਿੰਦੇ ਨੇ ਹਾਂਜੀ ਜੇ ਇਸ ਬੰਦੇ ਦੇ ਅਗਰ ਕੋਈ ਕੇਮ ਦਾ ਮਸਲਾ ਹੁੰਦਾ ਨਾ ਨਹੀਂ ਅਗਰ ਇਹ ਵਾਕਈ ਅਗਰ ਜੈਨੂਅਨ ਸ਼ਿਕਾਇਤ ਹੈ ਕਿ ਅਸੀਂ ਇਨਸ਼ੋਰ ਕਰਾਂਗੇ ਕਿ ਅੱਜ ਹੀ ਅਸੀਂ ਲੈਟਰ ਪਾਣੇ ਸਾਰੇ ਡੀਲਰਾਂ ਨੂੰ ਕੇਮ ਦਾ ਮਸਲਾ ਹੁੰਦਾ ਨਾ ਜੀ ਜਿਹੜਾ ਤੇ ਸਾਨੂੰ ਬਕਾਇਦਾ ਫੋਟੋ ਖਿੱਚ ਕੇ ਭੇਜਣਗੇ ਜਨਾਬ ਅਸੀਂ ਡਿਲੀਵਰੀ ਕੀਤੀ ਟਰੈਕਟਰ ਦੀ ਇਹ ਕਾਗਜ਼ਾਤ ਦਿੱਤੇ ਉਹਨੂੰ ਇਹ ਨਾਲ ਉਹਨੂੰ ਟਰੈਕਟਰ ਦੇ ਮੁਤਲਕਾ ਜਿੰਨੇ ਵੀ ਕਿਤਾਬਾਂ ਉਹ ਹੈਂਡਓਵਰ ਕੀਤੀ ਕਿਸਾਨ ਡੀਲਰ ਹਜ਼ਾਰ ਜਿਹੜੇ ਅਗਰ ਡੀਲਰ ਦੀ ਕੋਈ ਸ਼ਿਕਾਇਤ ਕਰ ਰਹੇ ਆਪਣੇ ਵਾਸਤੇ ਕੀ ਕਰ ਰਹੇ ਆ ਜੀ ਜੀ ਬਿਲਕੁਲ ਇੱਕ ਡੀਲਰ ਜਿਹੜਾ ਹੈ ਉਹਦੇ ਕਲੇਮ ਦਾ ਮਸਲਾ ਬਣ ਗਿਆ ਉਹਨੂੰ ਕਿਸੇ ਵੀ ਟਰੈਕਟਰ ਨੂੰ ਡੀਲਰ ਜਿਹੜਾ ਪਹਿਲੀ ਗੱਲ ਤੋਂ ਉਹਨੂੰ ਖੇਤ ਜਾ ਕੇ ਉਹਨੂੰ ਦੇਖਣਾ ਚਾਹੀਦਾ ਕੋਈ ਉਹਦੇ ਬੰਦੇ ਹੋਣਾ ਚਾਹੀਦਾ ਕਿ ਜਿਹੜਾ ਜਾ ਕੇ ਦੇਖੇ ਉਹਨੂੰ ਅਗਰ ਉਹ ਨਹੀਂ ਵੀ ਦੇਖਦਾ ਕਮ ਸੇ ਕਮ ਉਹਦਾ ਕਲੇਮ ਤਾਂ ਬਣਦਾ ਉਹਨੂੰ ਕਲੇਮ ਦੇਣ ਜੇ ਇਸ ਬੰਦੇ ਨੇ ਤੁਸੀਂ ਲਿਖਿਆ 30 ਘੰਟੇ ਦੀ ਸਰਵਿਸ ਹੋਣੀ ਚਾਹੀਦੀ 100 ਘੰਟੇ ਦੀ ਸਰਵਿਸ ਹੋਣੀ ਚਾਹੀਦੀ 200 ਦੀ ਹੋਣੀ ਚਾਹੀਦੀ ਜੇ ਦੀਆਂ ਸਰਵਿਸਾਂ ਮੁਕੰਮਲ ਉਹਨੂੰ ਤਾਂ ਉਹਦੇ ਘਰ ਮਿਲਣਾ ਚਾਹੀਦਾ ਕਲੇਮ ਜੀ ਬਿਲਕੁਲ ਅਗਰ ਜਿਹਨੇ ਸਰਵਿਸ ਨਹੀਂ ਕਰਵਾਈ ਠੀਕ ਹੈ ਜੀ ਉਹਦਾ ਹੱਕਦਾਰੀ ਨਹੀਂ ਹੈ ਉਹਦਾ ਕਲੇਮ ਦਾ ਬਿਲਕੁਲ ਇਸ ਤਰ੍ਹਾਂ ਤੇ ਲੇਕਿਨ ਡੀਲਰ ਹਜ਼ਾਰ ਜਿਹੜੇ ਹੈਗੇ ਉਹ ਕਲੇਮ ਦੇਣ ਲੱਗੇ ਇਦਾਂ ਕਰਦੇ ਵੀ ਮਿਲਰ ਦੀ ਜੇਬ ਤੋਂ ਨਹੀਂ ਜਾਂਦਾ ਆਪਣੀ ਸਾਡੀ ਜੇਬ ਤੋਂ ਜਾ ਰਿਹਾ ਡੀਲਰ ਪਰੇਸ਼ਾਨ ਕਰਦੇ ਨੇ ਇਸ ਵਾਸਤੇ ਕਹਿ ਰਹੇ ਨੇ ਕਿ ਕੁਝ ਹੈਗਾ ਉਹ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਆਪਣਾ ਉਹਦੇ ਸਕਰੀਨਸ਼ਾਟ ਲਾ ਦੇਵਾਂਗੇ ਸਾਡਾ ਯੂਏਐਨ ਨੰਬਰ ਵੀ ਹੈ ਸਾਡਾ ਈਮੇਲ ਐਡਰੈਸਸ ਵੀ ਹੈ ਕਿ ਸਾਡੀ ਫੈਕਸ ਵੀ ਹੈਗੀ ਹੈ ਸਾਡੇ ਨੰਬਰ ਤੇ ਸਾਰੇ ਫੋਨ ਨੰਬਰ ਵੀ ਲਿਖੇ ਹੋਏ ਨੇ ਉਹਦੀ ਵੀ ਨਾ ਤੁਸੀਂ ਆਪਣੇ ਯੂਟਿਊਬ ਚੈਨਲ ਤੇ ਉਹਨੂੰ ਮਿਲਦਾ ਈਮੇਲ ਕਰ ਦਿਓ ਠੀਕ ਹੈ ਈਮੇਲ ਆ ਜਾਏਗੀ ਲੱਗੀ ਹੋਈ ਹੈ ਨਹੀਂ ਨਹੀਂ ਮੈਂ ਤੁਹਾਨੂੰ ਦੱਸਣਾ ਇੱਕ ਵੀਡੀਓ ਤੁਸੀਂ ਐਸੀ ਲਗਾਓ ਕਿ ਅਗਰ ਕੋਈ ਕਸਟਮਰ ਜਿਹੜਾ ਅਗਰ 30 ਘੰਟੇ ਦੀ ਸਰਵਿਸ ਕਰਵਾਉਣ ਵਾਸਤੇ ਜਾਂਦਾ ਹੈ ਠੀਕ ਹੈ ਜੀ ਅਸੀਂ ਨਹੀਂ ਮੈਂ ਤੁਹਾਨੂੰ ਦੱਸ ਅਸੀਂ 30 ਘੰਟੇ ਦੀ ਸਰਵਿਸ ਕਰਵਾ ਲਈ ਉਹਦੇ ਪਿਛਲੇ ਹਿੱਸੇ ਦਾ ਆਇਲ ਜਿਹੜਾ ਵਾ 32 ਲੀਟਰ ਉਹਦਾ ਹੋ ਗਿਆ ਉਹ ਆਇਆ ਕਿ ਕਸਟਮਰ ਦਾ ਹੁੰਦਾ ਵਾ ਜਾਂ ਕਿ ਜਿਹੜਾ ਤੁਹਾਡਾ ਉੱਤੇ ਹੁੰਦਾ ਉਹ ਰੱਖ ਲੈਂਦਾ ਉਹ ਬਾਅਦ ਦੇ ਵਿੱਚ ਉਹੀ ਆਇਲ ਜਿਹੜਾ ਹੈਗਾ ਵਾ ਤੁਹਾਡਾ ਉਹ ਵਿਕ ਜਾਂਦਾ ਫਿਰ ਸੇਲ ਕਰ ਦਿੰਦੇ ਆਗੇ ਆਇਆ ਕਿ ਉਹ ਅਗਰ ਮਿਸਾਲ ਦੇ ਤੌਰ ਤੇ ਮੇਰੇ ਕੋਲ ਟਰੈਕਟਰ ਕੋਈ ਹੈ ਪੁਰਾਣਾ ਮਾਡਲ ਕੋਈ ਹੈ ਠੀਕ ਹੈ ਜੀ ਮੈਂ ਉਹਨਾਂ ਨਹੀਂ ਜ਼ਿਆਦਾ ਇਸਤੇਮਾਲ ਕਰਦਾ P2 ਨਹੀਂ ਮੈਂ ਜ਼ਿਆਦਾ ਇਸਤੇਮਾਲ ਕਰਦਾ ਜਾਂ ਕੁਝ ਹੈ ਉਹ ਸਾਫ਼ ਕਰਕੇ ਅਸੀਂ ਪਾ ਸਕਦੇ ਠੀਕ ਹੈ ਤੁਹਾਡਾ ਉਹ ਜਿਹੜਾ ਪਹਿਲਾ ਆਇਲ ਹੁੰਦਾ ਵਾ ਉਹ ਸਿਰਫ ਸਫਾਈ ਵਾਸਤੇ ਹੁੰਦਾ ਉਹਦਾ ਜਿਹੜਾ ਉਹ ਉਹਦੇ ਵਿੱਚ ਗੁਜ਼ਾਰੇ ਲੇਕਿਨ ਉਹ ਤੇ ਜਾ ਕੇ ਉਹ ਜਾ ਕੇ ਦੇ ਕਿ ਆਇਲ ਚੁੱਕ ਕੇ ਲੈ ਜਾਓ ਅਗਰ ਆਇਲ ਚੁੱਕ ਕੇ ਲਿਜਾਣਾ ਹੈਗਾ ਤਾਂ ਤੁਸੀਂ ਜਨਾਬ ਸਾਨੂੰ ਪੈਸੇ ਜਿਹੜੇ ਆਗੇ ਨਾ ਉਹ 3000 4000 ਰੁਪਏ ਸਰਵਿਸਾਂ ਲੈ ਲੈਂਦੇ ਆ ਉਹ ਉਹ ਜ਼ਾਇਰ ਉਹ ਟਰੈਕਟਰ ਦੀ ਪ੍ਰਾਪਰਟੀ ਜਿਹੜਾ ਟਰੈਕਟਰ ਉਹਦਾ ਹੈ ਉਹਦੇ ਅੰਦਰ ਤੇਲ ਵੀ ਤਾਂ ਜ਼ਿੰਮੇਦਾਰ ਦਾ ਹੀ ਹੈਗਾ ਅਸੀਂ ਸਮਝਦੇ ਉਹਦਾ ਹੱਕ ਹੈਗਾ ਨਹੀਂ ਸ਼ਿਕਾਇਤ ਤੁਸੀਂ ਦੇਖਾਂਗੇ ਦੂਸਰਾ ਇਹ ਕਿ ਇੰਨਾ ਕੀਮਤੀ ਟਰੈਕਟਰ ਬੰਦਾ ਲੈ ਕੇ ਜਾਂਦਾ ਹੈ ਨਾ ਤੇ ਜਦੋਂ 30 ਘੰਟੇ ਬਾਅਦ ਅਸੀਂ ਕਹਿੰਦੇ ਯਾਰ ਵੀ 32 ਲੀਟਰ ਪਿਛਲਾ ਤੇ 8 ਲੀਟਰ ਅਗਲਾ ਸਾਰਾ ਬਦਲੀ ਕਰ ਤੇ ਉਹਦੇ ਚ ਦੋ ਚੀਜ਼ਾਂ ਉਹਦੇ ਚ ਦੋ ਪੁਆਇੰਟ ਬੜੇ ਅਹਿਮ ਨੇ ਉਹ ਕਿਉਂ ਅਸੀਂ ਕਹਿੰਦੇ ਆ ਉਹ ਇਸ ਵਾਸਤੇ ਕਹਿੰਦੇ ਕਿ ਜਦੋਂ ਵੀ ਨਵੇਂ ਪੁਰਜ਼ੇ ਆਪਸ ਦੇ ਵਿੱਚ ਪਹਿਲੀ ਵਾਰੀ ਰਗੜ ਖਾਂਦੇ ਨੇ ਨਾ ਕਚਰਾ ਪੈਦਾ ਹੁੰਦਾ ਔਰ ਉਸ ਕਚਰੇ ਨੂੰ ਸਾਫ਼ ਕਰਨ ਵਾਸਤੇ ਵੀ ਇੱਕ ਪ੍ਰੋਪਰਟੀ ਹੋਣੀ ਚਾਹੀਦੀ ਤੇਲ ਦੀ ਕਿ ਉਹਨੂੰ ਸਾਫ਼ ਕਰੇ ਇਸ ਲਈ ਇਹ ਆਇਲ ਜਿਹੜਾ ਹੈਗਾ ਇਹਦੀ ਕੈਮੀਕਲ ਪ੍ਰੋਪਰਟੀਜ਼ ਜ਼ਿਆਦਾ ਹੁੰਦੀਆਂ ਨੇ ਔਰ ਇਹਦੀ ਲੁਬਰੀਕੇਟਿੰਗ ਪ੍ਰੋਪਰਟੀਜ਼ ਘੱਟ ਹੁੰਦੀਆਂ ਨੇ ਤਾਂ ਕਿ ਬਰੀਕ ਤੋਂ ਬਰੀਕ ਜਗ੍ਹਾ ਤੇ ਜਾ ਕੇ ਜਿਹੜਾ ਨਾ ਸਫਾਈ ਕਰੇ ਠੀਕ ਹੈ ਜੀ ਔਰ ਇਹਨੂੰ ਵਾਸ਼ਿੰਗ ਆਇਲ ਵੀ ਕਹਿੰਦੇ ਨੇ ਠੀਕ ਹੈ ਇਹਦਾ ਇਸ ਲਈ ਬਦਲਣਾ ਜ਼ਰੂਰੀ ਹੈ ਕਿ 30 ਘੰਟੇ ਬਾਅਦ ਕੋਈ ਕਚਰਾ ਬਹੁਤ ਜ਼ਿਆਦਾ ਪੰਪ ਨੂੰ ਅੱਛਾ ਕਸਟਮਰ ਨੂੰ ਦੇ ਦੇਣਾ ਚਾਹੀਦਾ ਵਾ ਅੱਛਾ ਮੈਂ ਜਾ ਕੇ ਆਪਣੇ ਪੱਠਿਆਂ ਵਾਲੀ ਮਸ਼ੀਨ ਨੂੰ ਲਾ ਕੇ ਜਿੱਥੇ ਮਰਜ਼ੀ ਲਾ ਮੇਰੇ ਅੱਧਾ ਜਵਾਬ ਆ ਗਿਆ ਤੁਹਾਡਾ ਅੱਧਾ ਮੈਂ ਤੁਹਾਨੂੰ ਦੇ ਲੈਣ ਦੋ ਕਹਿਣ ਲਈ ਅੱਧਾ ਜਵਾਬ ਇਹ ਹੈਗੀ ਹੈ ਕਿ ਅਸੀਂ ਅਨਕਰੀਬ ਇਹ ਚੀਜ਼ ਕਰਨ ਲੱਗੇ ਹਾਂ ਕਿ ਅਸੀਂ ਇਹਦੀ ਰਨਿੰਗ
ट्रांसमिशन की रनिंग मिलर दे वेच ही करके मिलर च सफाई करके तेल वह पा के देवे जो 200 घंटे चले। हाँ जी ठीक है जी। असं बहुत सारिया मैं तुम्हें दस रहा कि अभी मैं हूँ इस टाइम अनाउंस नहीं कर सकता क्योंकि मेरा स्कोप नहीं है जो कंपनी लॉन्च करेगी। बहुत सारे काम ऐसे ने जो तुम सोचोगे अच्छा यार है तो मतलब सवाल के आप ही जवाब इंशाल्लाह। एक और मेरा सवाल है जी अपने डीजल टैंक है कोई भी सैंपल आंदा ना पहले टेस्ट लौट जांदी है उसका रिजल्ट अगर पास हो जाता फिर उसे तब्दील कर देते हैं। बहुत बेस्ट ऑप्शन ने दिता उसका चूड़ी सारा कुछ होगा छोटा छोटा कर लिए पहली दफा आए गिले शिकवे बहुत ने गलां बहुत ने करने वाली है इंशाल्लाह नेक्स्ट भी चक्कर लावांगे साडे कोल भी इंशाल्लाह बड़ा मवाद है जी जी हां जी तुसी दो दिन भी कहोगे तो बोलदे रहवांगे।